ਮੁਕਾਬਲੇ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਕਿ ਕਮਲ ਨਵੇਂ ਪਿੰਡੀ ਆ ਪਰ ਜਹਾਜ ਜਾਂਦਾ, ਕਮਲ ਨਵੇਂ ਪਿੰਡੀ ਆ ਵੀ ਪਰ ਜਹਾਜ ਜਾਂਦਾ, ਮੰਨਾ ਬਲ ਨਾਮ ਵਾਲਾ ਹਵਾ ਦੇ ਨਾਲ ਗੱਲਾਂ ਕਰਨ ਵਾਲਾ ਕਬੱਡੀ ਖਿਡਾਰੀਆ ਤਾੜੀਆਂ ਮਾਰਦੇ ਵੀ ਕੋਈ ਜ਼ੋਰਦਾਰ ਸ਼ੁਰੂਆਤ ਹੋਈ ਪਹਿਲੀ ਕਬੱਡੀ ਪਾਉਣ ਵਾਸਤੇ। ਇਹ ਹੈ ਬਲ ਨਾਮ ਵਾਲਾ, ਇਹ ਬਲੀਆਂ ਦੇ ਏਰੀਏ ਦਾ, ਇਹ ਨਕੋਦਰ ਦੇ ਏਰੀਏ ਦਾ, ਮਸੀਹ ਦੇ ਏਰੀਏ ਦਾ ਕਬੱਡੀ ਖਿਡਾਰੀ, ਪਹਿਲੀ ਆਜ਼ਾਦ ਪੰਜਾਬ ਕੇਸਰੀ ਦੀ ਟੀਮ ਦਾ ਮੰਨਿਆ ਪ੍ਰਵੰਜਾ ਕਬੱਡੀ ਖਿਡਾਰੀ ਅੱਗੇ ਵੱਧ ਕੇ ਹਲਾਂ ਦਲੇਰੀ ਨਾਲ ਬੋਲਦਾ ਹੋਇਆ, ਕੌਣ ਅਮਨ ਦਿਓੜਾ ਪਹਿਲੀ ਕਬੱਡੀ ਦੀ ਉੱਪਰ ਕੋਸ਼ਿਸ਼ ਕਰਦਾ ਟੱਕਣ ਦੀ, ਦਾ ਪੁਆਇੰਟ ਢਾਹੀ ਦੇ ਹਿੱਸੇ ਵਿੱਚ ਅੱਗੇ ਜਾਂਦਾ ਵੀ ਕਬੱਡੀ ਘੂਰੀ। ਹਾਂ ਉਹ ਸੋਹਣੇ ਇੱਕ ਵਿੱਚ ਜ਼ੋਰ ਜਿਵੇਂ ਸਾਨ ਕਾਲਿਆ ਹੈ, ਚੋਪਰ ਦੇ ਪੱਟਾਂ ਵਿੱਚ ਜਾਲ ਕਾਲਿਆ ਹੈ, ਦੁਨੀਆ ਤੇ ਗੂੰਜੇ ਪਿੰਡ ਨਾਮ ਛੰਨਾ, ਭੂਰੀ ਕਾਹਦਾ ਨੇਰਾ ਇੱਕ ਤੂਫਾਨ ਕਾਲਿਆ ਹੈ, ਭੂਰੀ ਕਾਹਦਾ ਨੇਰਾ ਇੱਕ ਤੂਫਾਨ ਕਾਲਿਆ ਹੈ। ਵਾਹ ਉਹ ਸੋਹਣੇ ਪੰਜਾਬ ਦੇ ਸਭ ਤੋਂ ਛੋਟੇ ਜ਼ਿਲ੍ਹੇ ਬਰਨਾਲੇ ਦਾ ਇਹ ਨੌਜਵਾਨ ਭੂਰੀ ਛੰਨਾਵਾਦ ਦੁਨੀਆ ਦਾ ਰੁਸਤਮ ਪਹਿਲਾ ਪੁਆਇੰਟ ਆਪਣੀ ਟੀਮ ਦੇ ਸੇ ਜੁੜ ਗਿਆ ਹੈ। ਆਹ ਨੌਜਵਾਨ ਚਿੱਟੀ ਪਿੰਡ ਹੈ ਜੱਗੇ ਦਾ ਬ੍ਰਦਰ, ਇਸ ਸਮੇਂ ਕਬੱਡੀ ਪਾਉਣ ਲਈ ਵਧਿਆ ਹੋਇਆ ਹੈ। ਚਿੱਤਪਾਲ ਸਿੰਘ ਨਾਮ ਹੈ, ਲਓ ਦੁਆਬੇ ਵਾਲੇ ਦੇ ਨਾਲ ਮਾਲਵੇ ਦੇ ਸਿਰਕਟ ਨਗਰ, ਇਸ ਨੌਜਵਾਨ ਦਾ ਫਰੀਦਕੋਟ ਦਾ ਪਿੰਡ ਜੱਗੋ ਪਿੰਡ ਦਾ ਸ਼ਰਮਾ ਕਰਦਾ ਟਰਾਈ ਤੇ ਪੁਆਇੰਟ ਚਿੱਤਪਾਲ ਆਪਣੀ ਟੀਮ ਦੇ ਸੇ ਜੁੜ ਗਿਆ ਹੈ। ਅਗਲੀ ਕਬੱਡੀ ਸੱਚੀਆਂ ਗੱਲਾਂ ਕਹਿੰਦਾ ਨਹੀਂ, ਮੈਂ ਹਰਜੀਤ ਗਵਾਜਾ ਸੀ ਜੋ ਬਾਜੇ ਖਾਨੇ ਰਹਿੰਦਾ, ਆਹ ਮਲਵਈ ਨੇ ਰਹਿੰਦਾ ਪਾਉਂਦੇ ਮਾਝੀ ਦੇ ਫੇਰਾਂ ਦੇ ਚਾਰੇ ਪਾਸੇ ਖੇਡਣ ਮੁੰਡੇ ਜਵਾਬੀਆਂ ਦੇ, ਕਾਡੀ ਕਾਡੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ, ਕਬੱਡੀ ਕਬੱਡੀ ਦਾ ਲਾਭ ਛਿੜਾ ਹੋਇਆ ਇਹ ਸਕੂਲ ਦੇ ਪਿੰਡ ਵਾਲਾ ਯੋਗਾ ਕੁਛ ਨਹੀਂ ਕਰਦਾ ਟੱਕਰੇ ਨਹੀਂ, ਸੁਰਖਪੁਰ ਸਕੂਲ ਦਾ ਧਾਰੀਵਾਲ ਬਲੇਡ, ਇਹ ਦੁਨੀਆ ਦੇ ਰੁਸਤਮਾਂ ਦੇ ਪਿੰਡ ਨੇ, ਆਹ ਸ਼ਕਰਪੁਰੀ ਆਪਣੀ ਕਬੱਡੀ ਪਾਉਣ ਦੇ ਵਾਸਤੇ ਸ਼ਹਿਜ਼ਾਦਾ ਖੇਡ ਕਬੱਡੀ ਦਾ ਅਸ਼ ਦੇ ਨਾਲ ਪੈ ਗਿਆ ਪਿੱਚ, ਹਟ ਗਿਆ ਪਿੱਛੇ ਹੱਥ ਸੱਜੇ ਸੱਜੇ ਖੱਬੇ, ਹੁਣ ਦੇਖ ਲੈ ਗੱਲ ਕੀ ਬਣਦੀ, ਕੀ ਗੱਲ ਬਣ ਗਈ, ਕਈ ਸਮਝ ਵਿੱਚ ਆਵੇ ਫੇਰ ਮਰ ਪੈ ਗਿਆ ਤੇ ਤੰਦ ਹੁਣ ਹੱਲ ਪੇਟੇ ਕਬੱਡੀ ਸਿਰਾ ਹੋਏ ਗੱਭਰੂਆ, ਸਿਰਾ ਹੋਏ ਗੱਭਰੂਆ ਕੇ ਬਾਜ ਵਾਂਗੂ ਉੱਠ ਜਾਈਦਾ ਹੈ, ਚਿੱਤ ਕਰਕੇ ਵੱਡੇ ਖੱਬੀ ਖਾਨ ਯਾਰ ਜਦੋਂ ਕੌਡੀ ਪਾਉਂਦੇ ਹੈ ਫਿਰ ਤਾੜੀਆਂ ਨਾ ਗੁੰਝ ਮਾਰਾਂ, ਲਓ ਵੀ ਕਬੱਡੀ ਜੇ ਲੁਧਿਆਣੇ ਦੇ ਕਰਸੀਆਂ ਪਿੰਡ ਦਾ ਇੰਦਰਜੀਤ ਦਾ ਵੀਰ ਰਵੀ ਕਬੱਡੀ ਪਾਉਣ ਲਈ ਇਸ ਸਮੇਂ ਵਧਿਆ ਹੈ। ਕਾਲੇ ਸੰਗੇ ਪਿੰਡ ਪੂਰੀ ਦੁਨੀਆ ਦੇ ਮਸ਼ਹੂਰ ਹੈ, ਮੈਂ ਵੀਰੋ ਕਰਦਾ ਟਾਈ ਲਓ ਜਿਹੜਾ ਸਨੀ ਕਾਲੇ ਸੰਗਿਆ ਵਾਲਾ ਹੈ, ਲਓ ਫਿਰ ਮੈਦਾਨ ਵਿੱਚ ਵੱਜੀ ਹੋਈ ਕੈਂਚੀ ਇਸ ਸਮੇਂ ਨੌਜਵਾਨ ਕਬਰੂ ਸਨੀ ਸਾਉਂਦਾ ਹੋਇਆ ਜਫਾ ਪਈ ਹੋਈ ਕਬੱਡੀ ਤੇ ਨੌਜਵਾਨ ਕਾਲੇ ਸੰਗੇ ਦਾ ਸਨੀ ਸਮਾਂ ਬੀਤਿਆ ਹੈ ਤੇ ਕੋਈ ਦੇ ਸਮੇਂ ਨੌਜਵਾਨ ਦੀ ਟੀਮ ਦੇ ਸਹਿਯੋਗ ਹੈ। ਜੀਵਨ ਸਿੰਘ ਗਿੱਲ ਨੂੰ ਮਾਣ ਹੈ ਇਸ ਨੌਜਵਾਨ ਦੀ ਖੇਡ ਦੇ, ਕਾਲੇ ਪੱਟੀ ਰਵੀ ਸੰਧੂਆ ਨੂੰ ਨਾ ਖੇਡ ਮੈਦਾਨ ਵਿੱਚ ਨੌਜਵਾਨ ਕਬੱਡੀ ਪਾਉਣ ਲਈ ਵਧਿਆ ਹੋਇਆ ਪੰਜਵੇਂ ਨੰਬਰ ਦਾ ਧਾਰੀ 2024 ਦੇ ਅੰਟਾਰੀਓ ਖੇਡ ਸੀਜ਼ਨ ਦਾ ਨਾ ਖੇਡ ਮੈਦਾਨ ਵਿੱਚ ਦੂਸਰੇ ਪਾਸੇ ਥੋਪੀ ਵਾਲੇ ਪੈ ਗਿਆ ਬੱਚਾ, ਦੋਵੇਂ ਪਾਸੇ ਲਾਈਨ ਮੈਨਾਂ ਨੂੰ ਬੇਨਤੀ ਹੈ ਸਾਡੀ ਵੀ ਹਾਜ਼ਰ ਹੋ ਜਾਣਾ,
ਪੰਜਾਬ ਟਾਈਗਰ ਕਬੱਡੀ ਕੱਪ ਦੇ ਦੋ ਲਾਈਨ ਮੈਂ ਅਜੇ ਤੱਕ ਨਹੀਂ ਪੁੱਛਿਆ, ਜਲਦੀ ਪੁੱਛਣ ਮਿਹਰਬਾਨੀ ਕਰਕੇ। ਆਹ ਕਬੱਡੀ ਟੋਰ ਦੇ ਵਾਸਤੇ ਬਲਨਾਵਾ ਮੰਨਾ ਜੀਪੇ ਦਾ ਵੀਰ, ਆਹ ਕੋਈ ਫਿਰ ਕਬੱਡੀ ਦੇ ਉੱਪਰ ਕਿਹੜਾ ਜਫਾ ਲੱਗੇਗਾ। ਆਹ ਸੁਰੱਖਾ ਜਿਹਾ ਮੁੰਡਾ ਰੇਲ ਬਾਲ ਦੇ ਵਾਸਤੇ ਬੰਧਾ ਹੋਇਆ, ਜਦੋਂ ਸੋਨੀ ਦੀ ਇੰਟਰਵਿਊ ਹੋਈ ਭਾਗਲੇ ਵਾਲੇ ਦੀ, ਇਹਦਾ ਜਦੋਂ ਮੰਨਾ ਆਉਂਦਾ ਕਬੱਡੀ ਖੇਡਣ ਦੇ ਲਈ, ਇਹ ਹੀਰੋ ਲੱਗਦਾ ਖੇਡ ਕਬੱਡੀ ਦਾ, ਬੁਲਟ ਵਰਗੇ ਮੰਨੇ ਵਰਗੇ ਨੌਜਵਾਨ, ਆਹ ਹੀਰੋ ਵਰਗੀ ਦੇਖ ਸ਼ਾਨਦਾਰ ਪ੍ਰਦਰਸ਼ਨ ਚੱਲਾ ਹੋਇਆ ਤੇਰੇ ਪਾਸੇ, ਗੱਲ ਵਾਲਾ ਇਸ਼ਾਰਾ ਕਰਦਾ ਧਾਵੀ ਦੇ ਅੱਗੇ ਅਗਲੀ ਕਬੱਡੀ ਮੈਦਾਨ ਦੇ ਵਿੱਚ ਹੋ ਰਹੀ ਸੀ। ਡੀਸੀ ਟਾਇਰ ਦੇ ਨਾਲ ਗੇਟਵੇ ਪੀਜੇ ਦਾ ਬਹੁਤ ਬਹੁਤ ਧੰਨਵਾਦ ਹੈ, ਯੂਨਾਈਟਿਡ ਫੈਂਸ ਕਬੱਡੀ ਕੱਪ ਦੇ ਲਈ ਬਹੁਤ ਬਹੁਤ ਧੰਨਵਾਦ। ਲਓ ਖੇਡ ਮੈਦਾਨ ਦੇ ਵਿੱਚ ਚੱਕਾ ਮਾਰ ਕਿਸ਼ਰ ਨਾਲ ਟੱਕਰ ਭੂਰੀ ਦੀ, ਪਰ ਛੱਡਣ ਵਾਲਾ ਗੁਰਦੀਪ ਸਿੰਘ, ਸਰਦਾਰ ਛੋਟਾ ਸਿੰਘ ਧਾਲੀਵਾਲ ਦਾ ਪੁੱਤ ਧੁੱਸ ਲਈ ਆਉਂਦਾ ਹੈ, ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ। ਇੱਕ ਇੱਕ ਕਬੱਡੀ ਲੱਖ ਲੱਖ ਦੀ ਹੈ ਮੇਰੇ ਪੰਜਾਬੀ ਜੀਓ। ਲਓ ਖੇਡ ਮੈਦਾਨ ਦੇ ਵਿੱਚ ਐਨ ਸਿਰੇ ਦਾ ਮੈਚ, ਸਿਰੇ ਦੀ ਟੱਕਰ ਦੋਨਾਂ ਟੀਮਾਂ ਦਰਮਿਆਨ ਖੇਡੀ ਜਾ ਰਹੀ ਹੈ। ਇੱਕ ਪਾਸੇ ਟੀਮ ਯੂਨਾਈਟਿਡ ਫੈਂਸ ਕਬੱਡੀ ਕਲੱਬ ਕੈਲਗਰੀ 18 ਤਰੀਕ ਭੱਜੀ ਆ ਰਹੀ ਹੈ, ਕੈਲਗਰੀ ਦੇ ਪੈਰੀਮੈਂਟ ਪਾਰਕ ਦੇ ਵਿੱਚ ਰਾਉਂਡ ਕਰਨ ਲੱਗਣਗੀਆਂ ਮੇਰੇ ਵੀਰੋ। ਤੇ ਦੂਜੇ ਪਾਸੇ ਟੀਮ ਆਜ਼ਾਦ ਪੰਜਾਬ ਕੇਸਰੀ ਟਾਈਮ ਆਊਟ। ਜਦੋਂ ਵੀ ਕਿਸੇ ਨੰਬਰ ਦਾ ਕੋਈ ਡਿਸਪਿਊਟ ਹੁੰਦਾ ਹੈ, ਸਾਰੀ ਟੈਕਨੀਕਲ ਕਮੇਟੀ ਉਸਦਾ ਡਿਸੀਜਨ ਕਰਦੀ ਹੈ, ਫੈਸਲਾ ਕਰਦੀ ਹੈ। ਸਾਰੀ ਟੈਕਨੀਕਲ ਕਮੇਟੀ ਦਾ ਵੀ ਧੰਨਵਾਦ, ਜਿੱਥੇ ਜਿੱਥੇ ਵੀ ਜ਼ਿੰਮੇਵਾਰੀ ਲਾਈ ਹੈ, ਸਾਰੇ ਨੌਜਵਾਨ ਬਹੁਤ ਵਧੀਆ ਅਦਾ ਕਰਦੇ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕਬੱਡੀ ਫੈਡਰੇਸ਼ਨ ਬੀਸੀਐਲ ਐਸੋਸੀਏਸ਼ਨ ਦੇ ਸਾਰੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ, ਦੇ ਸਾਰੇ ਦਰਸ਼ਕਾਂ ਦਾ, ਸਾਰੇ ਕਬੱਡੀ ਦੇ ਪ੍ਰੇਮੀਆਂ ਦਾ ਵੀ ਵਿਸ਼ੇਸ਼ ਧੰਨਵਾਦ ਕਰਦੇ ਹਾਂ। 4 ਤੇ 5 ਜਨਵਰੀ ਨੂੰ ਜੱਖਾ ਪਿੰਡ ਹੈ ਧੂਰੀ ਦੇ ਲਾਗੇ, ਜ਼ਿਲ੍ਹਾ ਸੰਗਰੂਰ, ਉੱਥੇ ਵੀ ਵੱਡਾ ਕਬੱਡੀ ਕੱਪ ਹੋਊਗਾ, ਬਸੰਤ ਬਾਜਾ ਖਾਨਾ ਦਾ ਉੱਥੇ ਗੱਡੀ ਦਾ ਮਾਨ ਸਨਮਾਨ ਕੀਤਾ ਜਾਊਗਾ। ਸੋ ਪੰਜਾਬ ਦੀ ਧਰਤੀ, ਹਰਿਆਣੇ ਦੀ ਧਰਤੀ, ਬਹੁਤ ਸਾਰੇ ਖੇਡ ਮੇਲੇ, ਜਿਵੇਂ ਪਹਿਲੀ ਦੱਸਿਆ ਵੀ 15 ਅਗਸਤ ਤੋਂ ਇਹਦੇ ਸ਼ੁਰੂਆਤ ਹੋ ਜਾਊਗੀ, ਫਿਰ ਚੱਲਣਗੇ ਮੁਕਾਬਲੇ 15 ਮਾਰਚ ਤੱਕ ਲਗਭਗ, ਉਸ ਤੋਂ ਬਾਅਦ ਕਬੱਡੀ ਨਿਊਜ਼ੀਲੈਂਡ, ਆਸਟ੍ਰੇਲੀਆ ਤੇ ਫਿਰ ਨਾਰਥ ਅਮਰੀਕਾ, ਸਾਲ ਭਰ ਇੱਕ ਦਿਨ ਉਹ ਵਧੀਆ ਰਹਿੰਦਾ ਖੇਡ ਕਬੱਡੀ ਦਾ। ਸਾਰੇ ਪ੍ਰਵਾਸੀ ਐਨਆਰਐਸ ਦਾ ਬਹੁਤ ਬਹੁਤ ਧੰਨਵਾਦ, ਜਿਹਨਾਂ ਨੇ ਸਲਿਊਟ ਕਰ ਖੇਡ ਕਬੱਡੀ ਹਰੀ ਪੁਰੀ ਦਿਲਾਵਰ ਦਾ ਭਾਰ ਲਿਆ, ਇਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਸਾਰੇ ਜਿੰਨੇ ਵੀ ਨੌਜਵਾਨ ਸਾਥੀ ਇਹਨਾਂ ਖੇਡਾਂ ਦੇ ਨਾਲ, ਖੇਡ ਕਬੱਡੀ ਦੇ ਨਾਲ ਜੁੜੇ ਹੋਏ ਨੇ, ਕਿਸੇ ਵੀ ਕੌਮ ਦਾ ਸਰਮਾਇਆ ਉਹਦੇ ਨੌਜਵਾਨ ਹੁੰਦੇ ਨੇ, ਉਸਦੀ ਅਗਲੀ ਪੀੜ੍ਹੀ ਜਿਹੜੀ ਉਹ ਸਰਮਾਇਆ ਹੁੰਦੀ ਹੈ। ਰੇਡਰ ਦੇ ਹੱਕ ਦੇ ਵਿੱਚ ਡਿਸੀਜਨ ਹੈ, ਅਗਲੀ ਰੇਡ ਪਾਉਂਦੇ ਲਈ ਕਾਂ, ਫਿਰ ਚਿੱਤ ਬਾਲ ਆ ਗਿਆ ਚਿੱਟੀ ਵਾਲਾ, ਬਾਬੇ ਅਨੋਖ ਸਿੰਘ ਦੇ ਦੋ ਪੋਤੇ ਖੇਡਦੇ ਨੇ ਜੱਗਾ ਤੇ ਨਾਲ ਚਿੱਤ ਬਾਲ ਚਿੱਟੀ, ਜਿੱਥੋਂ ਦੇ ਸ਼ਾਮੇ ਨੇ ਤਕੜੀ ਕਬੱਡੀ ਖੇਡੀ ਹੈ। ਆਹ ਮੈਦਾਨ ਦੇ ਵਿੱਚ ਰੇਡ ਪਈ ਹੋਈ, ਹੁਣ ਚਿੱਤ ਬਾਲ ਦੀ ਕਿਹੜਾ ਨੌਜਵਾਨ ਲਾਊਗਾ ਜੱਫਾ, ਕਰਨਾ ਸਵੇਰੇ ਫੈਸਲਾ। ਆਹ ਮੇਲੜੇ ਵਾਲਾ ਨਿੱਧੀ ਕਹਿੰਦਾ ਮੈਂ ਕਰਦਾ ਤੋਂ ਅੱਜ ਬੜੇ ਤੇਜ਼ ਤਰ੍ਹਾਂ ਕਬੱਡੀ ਖਿਡਾਰੀ ਦੀ ਨਾਲ ਅਗਲੇ ਪਾਸੇ ਪੜਦਾ ਆਦੀ ਦਾ। ਅਗਲੀ ਕਬੱਡੀ ਪਾਉਣ ਦੇ ਲਈ ਢੋਲ ਕੋਟੀਆ ਕਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਧਿਆ ਹੈ, ਪਿੰਡ ਲਿਸ਼ਕਣ ਮੁੰਡਿਆਂ ਦੇ ਜਵਾਨੀ ਉੱਠ ਜੁੱਟ ਜੁ ਕਰਦੀ, ਜਾਂ ਫਿਰ ਜਿਵੇਂ ਝੱਟ ਹੋਏ ਚਿੱਤੇ ਦੀ ਰੇਲ ਵਾਂਗ ਫਿਰ ਨੋਲਾਰੀ ਭਰਦੀ, ਫੈਸਲੇ ਹੋਣ ਕਰੋੜਾਂ ਦੇ, ਕਰੋੜਾਂ ਨਾਲ ਟਰੈਕਟਰ ਮਿਲਦੇ, ਖੇਡ ਕੇ ਕੌਡੀ ਕਾਲਿਆ ਹੈ, ਹੁੰਦੇ ਅਰਮਾਨ ਪੂਰੇ ਸਭ ਦਿਲ ਦੇ, ਹੁੰਦੇ ਅਰਮਾਨ ਪੂਰੇ ਸਭ ਦਿਲ ਦੇ, ਸ਼ਾਜੀ ਹਾਂ ਦੇ ਅਰਮਾਨ ਪੂਰੇ ਕੀਤੇ ਮੇਰੇ ਵੀਰੋ, ਵਾਹਿਗੁਰੂ ਨੇ ਅੱਲਾ ਨੇ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਨੌਜਵਾਨ ਸ਼ਾਜੀ 31ਵੇਂ ਕੈਨੇਡਾ ਕਬੱਡੀ ਕੱਪ ਦਾ ਜੁਗਾਂ ਜੁਗਾਂ ਤੱਕ ਇਤਿਹਾਸ ਬਣਿਆ ਮੇਰੇ ਵੀਰੋ, ਇਹ ਨੌਜਵਾਨ ਉਸ ਕੱਪ ਦਾ ਉੱਤਮ ਧਾਰੀ ਹੈ। ਸ਼ਾਜੀ ਲੱਖਾਂ ਦਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਹੈ, ਗੁਜਰ ਪਰਿਵਾਰ ਨੂੰ ਮਾਣ ਹੈ ਮੇਰੇ ਵੀਰੋ ਇਸ ਨੌਜਵਾਨ ਦੀ, ਫਿਰ ਦੇ ਸਿਰੇ ਦਾ ਪੁਆਇੰਟ ਆਪਣੀ ਟੀਮ ਦੇ ਹਿੱਸੇ। ਅਗਲੀ ਕਬੱਡੀ ਪਾਉਣ ਲਈ ਰਵੀ ਬੰਧਾ ਹੋਇਆ ਕਸੀਆ ਪਿੰਡ ਵਾਲਾ, ਖੇਲ ਮੈਦਾਨ ਦੇ ਵਿੱਚ ਸਰਦਾਰ ਜੀ ਕਰੋ ਗੱਲ, ਆਓ ਰਵੀ ਕਸੀਆ ਵਾਲਾ ਹੈ ਕੋਈ ਏਰੀਆ ਦਾ, ਇੰਦਰਜੀਤ ਫਰਿਆਦੀ ਜੋੜੀ ਵੀ ਮਸ਼ਹੂਰ ਹੈ।
ਅਗਲੀ ਕਬੱਡੀ ਦਰਵੇਜ ਪਾਉਣ ਦੇ ਲਈ ਵਾਧਾ ਹੋਇਆ ਸਰੇ ਦੀ ਬਾਲੀ ਇਹ ਮੈਦਾਨ ਦੇ ਵਿੱਚ ਕਾਲੇ ਸੰਗੇ ਪਿੰਡ ਦਾ ਨੌਜਵਾਨ ਸਰੀ ਮੇਰੇ ਵੀਰੋ ਕਾਲੇ ਸੰਗੇ ਦੀ ਧਰਤੀ ਮਹਾਨ ਸਰੀਰ ਜਿਵੇਂ ਤਿਰਸੀਆਂ ਦੇ ਨਾਲ ਭਰਿਆ ਹੱਥ ਛੇਤੀ ਆਉਂਦਾ ਨੀ ਪੱਪਾ ਤੇ ਭੱਜ ਪਾੜੇ ਤੇ ਖੜਿਆ ਕੀ ਜਾਨ ਲਗਾ ਦਿੰਦਾ ਮੈਚ ਦਾ ਕਰ ਦਿੰਦਾ ਇੱਕ ਪਾਸਾ ਰਸ਼ੀਦ ਵਾਲਾ ਕਾਲਿਆ ਮੰਨੇ ਦੇ ਟੈਕ ਦਾ ਰਹੇ ਬੁੱਲਾਂ ਤੇ ਹਾਸਾ ਮੰਨੇ ਦੇ ਟੈਕ ਦਾ ਰਹੇ ਬੁੱਲਾਂ ਤੇ ਹਾਸਾ ਹਾਸੇ ਮੈਦਾਨ ਦੇ ਵੰਡਣ ਵਾਲੇ ਕਬੱਡੀ ਖਿਡਾਰੀ ਅਗਲੇ ਪਾਸੇ ਬਰਨਾਲੇ ਵਾਲਾ ਬਾਹਰ ਹੋ ਜਾ ਦੇਖਣ ਵਿੱਚ ਦੀ ਪੂਰੀ ਬਾਦ ਸ਼ਾਨਦਾਰ ਲੰਮਾ ਜੋੜ ਦੇ ਵਿੱਚ ਕਾਮਯਾਬ ਅਗਲੀ ਕਬੱਡੀ ਫਿਰ ਚਿੱਤ ਬਾਲ ਚਿੱਟੀ ਦੀ ਪੈਂਦੀ ਹੋਈ ਲੁੱਕੀ ਖੜਖੜ ਵੇਖਣ ਜਬਰੂ ਖੇਡਣ ਜਦੋਂ ਕਬੱਡੀ ਆਟਾ ਤੇ ਹਲਕਾ ਲਾਵੇ ਸੰਦੀਪ ਦੇ ਸਾਹਮਣੇ ਲੰਬੀ ਆਧੂਰਾ ਪੱਟੀ ਜਾਂਦੇ ਜਿਹਨਾਂ ਦੁੱਧ ਮਾਮਾ ਦਾ ਪੀਤਾ ਲੋਕੋ ਫੜਨੇ ਸੌਖੇ ਨੀ ਗੁੱਲਾ ਲੱਖਾਂ ਤੇ ਕੁੜ ਜੀਤਾ ਲੋਕੋ ਫੜਨੇ ਸੌਖੇ ਨੀ ਗੱਲਾਂ ਲੱਖਾਂ ਤੇ ਕੋ ਜੀਤਾ ਪਰ ਗੱਲ ਵਰਤਮਾਨ ਸਮੇਂ ਦੀ ਕਰੀਏ ਅੱਜ ਦੌਰ ਹੈ ਇਹਨਾਂ ਨੌਜਵਾਨਾਂ ਦਾ ਚਿੱਤ ਪਾਲ ਵਰਗੇ ਸੁਲਤਾਨ ਵਰਗੇ ਸ਼ਾਜੀ ਵਰਗੇ ਦੁਨੀਆ ਦੇ ਰੋਸਤਮ ਨੌਖੇ ਮੈਦਾਨ ਦੇ ਵਿੱਚ ਰਵੀ ਦਾ ਵੀਰ ਨੌਜਵਾਨ ਅਮਨ ਇਹ ਸ਼ਰਦੇ ਛੋਟਿਆ ਵੀਰਿਆ ਇਹ ਸ਼ਰਦੇ ਛੋਟਿਆ ਵੀਰਿਆ ਕਰਨੀ ਰੀਸ ਸ਼ਰਾਬੀਆਂ ਦੀ ਆਓ ਵੇਖ ਪਟਾਕੇ ਪੈਂਦੇ ਤੁਹਾਡੀ ਖੇਡ ਪੰਜਾਬੀ ਦੀ ਵੇਖ ਪਟਾਕੇ ਪੈਂਦੇ ਤੁਹਾਡੀ ਖੇਡ ਪੰਜਾਬੀ ਦੀ ਐ ਪਟਾਕੇ ਪੈਂਦੇ ਹੋਏ ਅਗਲੀ ਕਬੱਡੀ ਪਾਉਣ ਦੇ ਵਾਸਤੇ ਫਿਰ ਧੂਰਕੋਟ ਵਾਲਾ ਕਾਲਾ ਮੈਦਾਨ ਦੇ ਵਿੱਚ ਵਾਧਾ ਹੋਇਆ ਦੂਸਰੇ ਪਾਸੇ ਰਾਜੂ ਅੱਜ ਉਹੀ ਕਬੱਡੀ ਪਾਉਣ ਲਈ ਵਧਿਆ ਹੈ ਆ ਵਸਿਆ ਨੌਜਵਾਨ ਇਹ ਵੀ ਕੈਨੇਡਾ ਦੇ ਵਿੱਚ ਪੱਕੇ ਤੌਰ ਤੇ ਕਿ ਵਸਦਾ ਕੈਨੇਡਾ ਪਿੰਡ ਮਲ ਕੇ ਹੈ ਭੌਰ ਦਾ ਕਰੀ ਕਿਤੇ ਮੇਲ ਵਾਲਾ ਦਿੱਲੀ ਤੇ ਲਾਹੌਰ ਦਾ ਕਰੀ ਕਿਤੇ ਮੇਲ ਵਾਲਾ ਦਿੱਲੀ ਤੇ ਲਾਹੌਰ ਦਾ ਮੱਖਣ ਬਰਾੜ ਗੱਲ ਕਰਦਾ ਅਗਲੇ ਪਾਸੇ ਨੀਬੀ ਦਾ ਮੁਕਾਬਲਾ ਚੱਲਦਾ ਹੋਇਆ ਬਾਦ ਸ਼ਾਨਦਾਰ ਦੇਖਣ ਵੀ ਰਾਜੂ ਦੇ ਨਾਲ ਅੰਦਰ ਦੇ ਅੱਗੇ ਚੱਲਦਾ ਸੰਘਰਸ਼ ਵਾਹ ਵਾਹ ਨਿੰਦੀ ਦੇ ਨਾਂ ਤੇ ਵੀ ਕਰੀ ਤਾਰੀ ਮਾਰਦੇ ਜੋਰ ਲੰਮੀ ਪਾਈ ਦਾ ਘੋੜਾ ਕਬੱਡੀ ਦਾ ਰੁਸਤਮ ਵੀਰ ਹੈ ਲੱਭੀ ਦਾ ਨਿੰਦੀ ਹੈ ਥੰਮ ਜਾਤੀ ਫਿਰ ਕਬੱਡੀ ਦਾ ਬੜੇ ਲੰਮੇ ਸਮੇਂ ਤੋਂ ਨੌਜਵਾਨ ਖੇਡ ਰਿਹਾ ਅਗਲੀ ਕਬੱਡੀ ਰਵੀ ਮੇਰੇ ਵੀਰੋ ਇਸ ਸਮੇਂ ਨੌਜਵਾਨ ਕਲਸੀਆਂ ਪਿੰਡ ਵਾਲਾ ਕਬੱਡੀ ਪਾਉਣ ਲਈ ਵਧਿਆ ਹੋਇਆ ਹੈ ਤੇ ਪੁਆਇੰਟ ਆਪਣੀ ਟੀਮ ਦੇ ਇੱਥੇ ਜੁੜ ਗਿਆ ਰੇਡਰਾਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਗਰਾਊਂਡ ਦੀ ਬਾਹਰਲੀ ਸਾਈਡ ਨੂੰ ਹੋ ਕੇ ਖੜ ਜਾਣ ਸਾਰੇ ਰੇਡਰ ਵੀਰ ਨਾ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਲਈ
ਦੇਸੀ ਸਾਹਿਬ ਆਏ ਨੇ ਤੁਹਾਡੇ ਲਾਗੇ ਪਲੇਅਰ ਨੇ, ਮਿਹਰਬਾਨੀ ਕਰਕੇ ਆਪਾਂ ਪਿੱਛੇ ਕਰ ਦਈਏ ਜੀ। ਕਿਸੇ ਖਿਡਾਰੀ ਦੇ ਸੱਟ ਲੱਗ ਸਕਦੀ ਹੈ ਸਟਰਗਲ ਦੇ ਵਿੱਚ, ਇਸ ਕਰਕੇ ਬੇਨਤੀ ਹੈ ਵੀ ਮਿਹਰਬਾਨੀ ਕਰਕੇ ਥੋੜਾ ਪਿੱਛੇ ਕਰ ਦਈਏ। ਸ਼ਾਦੀ ਆ ਸ਼ਾਦੀ ਭੱਜਿਆ ਜਾਂਦਾ ਹਲਾ ਪਿੱਛੇ ਸੱਜੇ ਖੱਬੇ ਸੱਜੇ ਖੱਬੇ ਸੱਜੇ ਖੱਬੇ, ਹੋ ਦੇਖੋ ਵੀ ਕਮਾਲ ਆ ਦੋ ਖਿਡਾਰੀਆਂ ਦੇ ਦਰਮਿਆਨ ਚੱਲਦਾ ਸੀਗਾ ਭਾਈ। ਵਾਹ, ਇਹ ਬੱਗੀ ਤਿੱਤਰੀ ਕਮਾਂਡੋ ਨਿਕਲੀ ਉੜਦੀ ਨੂੰ ਆਵਾਜ਼ ਪੈ ਗਿਆ ਹੈ, ਪਰ ਨੌਜਵਾਨ ਸ਼ਾਦੀ ਵੀ ਬੜਾ ਤੇਜ ਪਿਆਰ ਹੈ ਮੇਰੇ ਵੀਰੋ, ਕਿ ਪਤਲਾ ਜਿਹਾ ਸ਼ਰੀਰ ਹੁੰਦੇਗਾ। ਕਹਿੰਦੇ ਪਿਆਰ ਨਾਲ ਖੇਡਣਾ ਲਾਲੀ ਢੇਸੀ ਨੀ, ਕਹਿੰਦੇ ਪਿਆਰ ਦੀ ਖੇਡ ਹੈ, ਖੇਡ ਭਾਵਨਾ ਪਿਆਰ ਸਿਖਾਉਂਦੀਆਂ ਖੇਡਾਂ। ਇਹ ਕਬੱਡੀ ਪਲੇਅਰ ਸਾਡੇ ਜਿੱਧਰ ਮਰਜ਼ੀ ਖੇਡਣ, ਕਬੱਡੀ ਦੇ ਪਲੇਅਰ ਆ, ਇਹਨਾਂ ਦੀ ਰਿਸਪੈਕਟ ਹੋਣੀ ਚਾਹੀਦੀ ਹੈ, ਸਾਰੇ ਰਲ ਮਿਲ ਕੇ ਖੇਡੋ। ਥੈਂਕ ਯੂ, ਬਹੁਤ ਬਹੁਤ ਧੰਨਵਾਦ। ਲਓ ਅਗਲੀ ਕਬੱਡੀ ਬਾਲ ਦੇ ਵਾਸਤੇ ਫਿਰ ਜਿੱਤ ਬਾਲ ਚਿੱਟੀ ਵਾਲਾ, ਚਿੱਟੀ ਪਿੰਡ ਦੁਨੀਆ ਦੇ ਵਿੱਚ ਮਸ਼ਹੂਰ ਕਰਦਾ ਇਹਨਾਂ ਚੋਦਰਾਂ ਨੇ ਬੱਲੇ ਬੱਲੇ ਕਰਾਉਣ ਵਾਲੀ ਗੱਲ ਕਰਤੀ। ਲਓ ਜਿੱਤ ਬਾਲ ਆ ਦੂਸਰੇ ਪਾਸੇ ਸ਼ਰਨਾ ਡੱਗੋਵਾ ਡੱਕਣ ਦੀ ਕੋਸ਼ਿਸ਼ ਕਰਦਾ ਹੋਇਆ ਆ ਫਰੀਦ ਕੋਟੀਆ ਆ ਮੈਦਾਨ ਦੇ ਵਿੱਚ ਬੱਲੇ ਬੱਲੇ ਅਗਲਾ ਮੁੰਡਾ ਪਿੱਛੇ ਪਰ ਢਾਹੀ ਦੇ ਹਿੱਸੇ ਦੇ ਵਿੱਚ ਜੰਗ ਲੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਵਾਸਤੇ ਕਾਲਾ ਮੈਦਾਨ ਦੇ ਅੰਦਰ ਵੱਖਰੇ ਅੰਦਾਜ਼ ਦੇ ਨਾਲ ਹਰ ਪੈਂਦੀਆਂ ਕਬੱਡੀਆਂ ਚੜ ਚੜ ਕੇ ਦੇਖਦਾ ਜ਼ਮਾਨਾ ਸਾਰਾ ਖੜ ਖੜ ਕੇ ਆ ਧਰਤੀ ਏ ਤੇਰੀ ਗੋਦ ਵਿੱਚ ਨੇ ਹੋਰ ਬਥੇਰੇ ਤੂੰ ਮੰਗਦਾ ਰਹੀ ਵੇ ਸੂਰਜਾ ਕੰਨੀਆਂ ਦੇ ਵੇਰੇ ਤੂੰ ਮੰਗਦਾ ਰਹੀ ਵੇ ਸੂਰਜਾ ਕੰਨੀਆਂ ਦੇ ਵੇਰੇ। ਲਓ ਬਣਾਏ ਵਾਲਾ ਸੰਗਰਾਮ ਕਬੱਡੀ ਦੇ ਵਿੱਚ ਆਪਣੀ ਤਰਫ ਮਾਇਆ ਪਾਈ ਹੈ। ਲਓ ਰਾਜੂ ਕਬੱਡੀ ਪਾਉਂਦਰੀ ਇਸ ਸਮੇਂ ਗਿੱਲ ਪਰਿਵਾਰ ਦੇ ਸਰਦਾਰ ਜੀਵਨ ਸਿੰਘ ਦਾ ਪੁੱਤ ਕਬੱਡੀ ਪਾ ਕੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਹੈ। ਰਵੀ ਅਗਲੀ ਕਬੱਡੀ ਪਾਉਂਦਰੀ ਬਿਲਕੁਲ ਤਿਆਰ ਹੈ। ਇੱਕ ਪਾਸੇ ਮੇਜਰ ਵਾਰ ਭਲੂਰ ਜਲੰਧਰ ਸਿੰਘ ਜੀ ਸਿੱਧੂ ਵਿਸ਼ੇਸ਼ ਤੌਰ ਤੇ ਪੁੱਜੇ ਹੈ ਸਾਡੇ ਵੀਰ ਲੋਕੀ ਮੈਦਾਨ ਵਿੱਚ ਗੁਰੂ ਥੋਪੀਏ ਵਾਲਾ ਹੈ ਤੇ ਰਵੀ ਕਾਂਸੀਆਂ ਵਾਲਾ ਹੈ। ਵੇਖੋ ਬਣਦਾ ਕੀ 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 ਬਣਦੀ ਹੈ ਫਿਰ ਮੈਦਾਨ ਦੇ ਵਿੱਚ। ਲਓ ਰਵੀ ਲੱਖਾਂ ਦਾ ਪੁਆਇੰਟ ਅੱਤਾ ਜੀ ਕਿਹੋ ਗੱਲ ਮਤਲਬ ਕਬੱਡੀ ਪਾਉਂਦੀ ਆਇਆ ਕਬੱਡੀ ਪਾਉਣ ਦੇ ਵਾਸਤੇ ਬਾਲ ਨਾਮ ਵਾਲਾ ਹੀਰੋ ਖੇਡ ਕਬੱਡੀ ਦਾ ਅਗਲੀ ਬੈਠੇ ਰੇਲ ਆ ਦੂਸਰੇ ਪਾਸੇ ਗੱਬਰ ਸਿੰਘ ਕਹਿੰਦਾ ਮੈਂ ਕਰਦਾ ਧਰਮਿੰਦਰ ਦੇ ਨਾਲ ਦੋਹਾਂ ਹੁਣ ਵੇਖ ਲਾ ਮੈਂ ਮੁਕਾਬਲਾ ਮੈਦਾਨ ਦੇ ਵਿੱਚ ਬੱਲੇ ਬੱਲੇ ਹੋਈ ਪਈ ਆ ਜਿਹੜੀ ਸਹਿ ਇਹ ਅਰਸ਼ ਮਹਿਤੂਰ ਪਰਿਵਾਰ ਦਾ ਕੁਛ ਨੀ ਕਰਦਾ ਟੱਕਰਨ ਦੀ। ਲਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਕੌਣ ਆਇਓ ਚਵੇਸ ਆਹ ਗੁੰਦਵਾ ਜੋ ਸਰੀਰ ਹੈ ਮੈਦਾਨ ਦੇ ਵਿੱਚ ਰੇਰ ਬੈਠੀ ਪਹਿਲ ਬੈਠੀ ਇਸ ਕਬੱਡੀ ਖਿਡਾਰੀ ਦੀ ਗੱਲ ਰੂਹਣੇ ਸਭ ਲਿਆ ਤੁਰ ਗਈ ਧੀ ਝਾੜ ਕੇ ਪੱਲੇ ਪੋਤੇ ਨੇ ਜਨਮ ਲਿਆ ਬਾਬਾ ਸਿਵਿਆਂ ਦੇ ਵੱਲ ਚੱਲੇ ਕਿਤੇ ਜ਼ੋਰ ਮਕਾਨਾਂ ਦਾ ਕਿਤੇ ਸਰਧਾਂਜਲੀ ਹੈ ਸਾਡੇ ਵੀਰ ਬਿੱਟੂ ਜੋਹਰ ਹੋਣਾ ਨੂੰ ਤੇ ਨਾਲ ਜੋਤਾ ਸਭਾ ਆਪਣੇ ਸਮੇਂ ਦੇ ਮਹਾਨ ਕਬੱਡੀ ਖਿਡਾਰੀ ਨੂੰ ਤੇ ਨਾਲ ਖੀਰਾ ਵਾਲੀ ਭਜੀ ਮਹਾਨ ਕਬੱਡੀ ਖਿਡਾਰੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਆ। ਚੰਦ ਤੇ ਰਣਜੀਤ ਹੋਰਾ ਮਿੱਤਰੀ ਗੋਣੇ ਛੰਦ ਇਕੱਠਿਆ ਕਰਨੈਲ ਕਮਿਸ਼ਨਰ ਨੇ ਕਿਧਰੇ ਭੱਜ ਨਹੀਂ ਜਾਣਾ ਨੱਠਿਆ ਆ ਵਾਂਗ ਇਲ ਭੁੱਖੀ ਦੇ ਲੈਂਦੀ ਫਿਰਦੀ ਮੌਤ ਕਰਾਵੇ ਜਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ ਜਗ ਜੰਕਸ਼ਨ ਰੇਲਾਂ ਦਾ ਕੇ ਸੱਜਣ ਤੇਰੇ ਗਵਾਂਡ ਜੋ ਮੇਰੇ ਦਰਦ ਹੋਇਆ ਵਿੱਚ ਸੀਨੇ ਜਿਨ੍ਹਾਂ ਬਿਨਾਂ ਪਲ ਨਾ ਗੁਜਰੇ ਗੁਜਰ ਗਿਆ ਸਾਲ ਮਹੀਨੇ ਲੱਖਾਂ ਮੈਦਾਨ ਵਿੱਚ ਚਿੱਟੀ ਵਾਲ ਚਿੱਤ ਪਾਲ ਸਿੰਘ ਕਬੱਡੀ ਪਾਉਂਦਰੀ ਜੱਗੇ ਦਾ ਵੀਰ ਬੋਲਿਆ ਹੋਇਆ ਹੈ ਚਾਰ ਚਾਸੀ ਹੈ ਕਿ ਉਹ ਗੱਭਰੂ ਚੋਟੀ ਦੇ ਰਾਜਾ ਬਾਜ ਤੀਰਥ ਦੀਪਾ ਹਰ
ਛੱਡੋ ਨਸ਼ਿਆਂ ਤੋਂ ਕਾਲਾ ਜ਼ਿੰਦਗੀ ਨਾਲ ਸ਼ਰੀਕਾ ਇਹ ਖੇਡ ਪੰਜਾਬੀਆਂ ਦੀ ਖੇਡ ਰੱਖਣੀ ਚਾਹੁੰਦੇ ਨੇ ਚਮਕਾ ਕੇ ਆ ਸਿੰਘ ਫਸ ਕੇ ਕੁੰਡੀਆਂ ਦੇ ਮਿੱਤਰ ਹੁਣ ਬੈਰੀ ਗੋਡੀ ਲਾ ਕੇ ਸਿੰਘ ਫਸ ਕੇ ਕੁੰਡੀਆਂ ਦੇ ਐਨ ਕੁੰਡੀਆਂ ਦੇ ਸਿੰਘ ਫਸਣ ਵਾਲੀ ਗੱਲ ਅਗਲੀ ਕਬੱਡੀ ਪਾਉਣ ਦੇ ਵਾਸਤੇ ਕਾਲਾ ਮੈਦਾਨ ਦੇ ਵਿੱਚ ਵਾਧਾ ਹੋਇਆ ਕਬੱਡੀ ਖੇਡ ਯੂਨਾਈਟਡ ਵੀ ਸੀ ਫੈਨਲ ਕਬੱਡੀ ਕਬੱਡੀ ਟੀਮ ਮੰਨਿਆ ਬਣਦਾ ਹੈ ਔਰ ਦੂਸਰੇ ਪਾਸੇ ਆਜ਼ਾਦ ਪੰਜਾਬ ਕੇਸਰੀ ਆਪਣੇ ਆਪ ਦੇ ਵਿੱਚ ਵੀ ਨਾਮ ਬਹੁਤ ਵੱਡਾ ਹੈ ਆਜ਼ਾਦ ਪੰਜਾਬ ਕੇਸਰੀ ਦਾ ਨਾ ਕੋਟ ਦੇ ਭਲੀਵਾਲ ਆਜੂ ਨਾਲ ਜਿਹੜਾ ਖੇਡ ਕਬੱਡੀ ਦਾ ਧੂਣਾ ਪੱਟਦਾ ਖਾਣ ਵਾਲੀ ਜਿੰਦਰ ਤੋਂ ਬਾਅਦ ਜੇ ਕਿਸੇ ਨੂੰ ਨਾਂ ਨਹੀਂ ਰੱਖਿਆ ਗਿਆ ਤੇ ਆਹ ਮੁੰਡਾ ਆਹ ਮੈਦਾਨ ਦੇ ਕਬੱਡੀ ਪਾਉਣ ਦੇ ਵਾਸਤੇ ਵਾਧਾ ਹੋਇਆ ਰਾਜੂ ਸਿੱਖ ਸਰਦਾਰ ਕਬੱਡੀ ਖਿਡਾਰੀ ਦੇਖਦੇ ਵੀ ਫਿਰ ਕਿਹਦੇ ਨਾਲ ਹੁੰਦਾ ਮੁਕਾਬਲਾ ਔਰ ਅਮਨ ਜਾਣੇ ਵਾਲਾ ਹਰਿਆਣੇ ਵਾਲਾ ਮੁੰਡਾ ਹਾਂ ਹਾਂ ਉਹ ਸੋਹਣੇ ਬਿਲਕੁਲ ਉਸਤਾਦ ਜੀ ਉਹਨਾਂ ਨੇ ਵਾਜਬ ਖਿਤਾਬ ਦਿੱਤਾ ਇਸ ਨੌਜਵਾਨ ਨੂੰ ਵਾਕਈ ਨਾਟ ਗਿਆ ਜਿੰਨੀ ਜਾਨ ਇਸ ਨੌਜਵਾਨ ਦੇ ਸਰੀਰ ਦੇ ਵਿੱਚ ਇੱਕ ਜ਼ਰੂਰੀ ਬੇਨਤੀ ਹੈ ਕਿ ਕੀਆ ਦੀ TW3 19D TW3 19D ਕੀਆ ਦੀ ਗੱਡੀ ਹੈ ਜਿਹੜੇ ਵੀਰ ਜੀ ਹੋਵੇ ਇਹ ਗੱਡੀ ਟੋ ਹੋ ਜਾਣੀ ਹੈ ਇਸ ਗੱਡੀ ਨੇ ਕਈ ਗੱਡੀਆਂ ਬਲੌਕ ਕੀਤੀਆਂ ਨੇ ਕਿਰਪਾ ਕਰਕੇ ਮੂੰਹ ਕਰੀ ਜਾਵੇ ਲੋਕੇ ਮੈਦਾਨ ਵਿੱਚ ਰਵੀ ਕਬੱਡੀ ਪਾਉਣ ਲਈ ਆਉਗੀ ਰੱਖ ਸਾਂਭ ਕੇ ਜਵਾਨੀ ਤੇਰੇ ਕੰਮ ਆਉਗੀ ਆਹ ਅਗਲੀ
ਕਬੱਡੀ ਧੰਨਵਾਦ ਹੈ ਸ੍ਰੀ ਗੁਰਬਖਸ਼ ਸਿੰਘ ਜੀ ਤੇ ਰਮਨ ਚੱਜ ਜੀ ਤੇ ਪਾਲੀ ਵਿਦੇਸ਼ਾ ਜੀ ਆਜ਼ਾਦ ਪੰਜਾਬ ਕੇਸਰੀ ਦੇ ਦਰਮਿਆਨ ਅਗਲੀ ਕਬੱਡੀ ਲਾਲੀ ਢੇਸੀ ਦੀ ਉਮੀਦ ਤੋਂ ਵੱਧ ਮੇਰੇ ਲੱਗਦਾ ਵੀ ਇਕੱਠ ਹੋ ਗਿਆ ਲਾਲੀ ਢੇਸੀ ਦੇ ਦਰਸ਼ਕਾਂ ਬਾਰੇ ਕੀ ਕਹੋਗੇ ਜੇ ਕਬੱਡੀ ਦੇ ਪ੍ਰੇਮੀਆਂ ਬਾਰੇ ਮੈਂ ਆਪ ਕਹੋ ਮਾਈਕ ਦੇ ਉੱਪਰ ਲਾਲੀ ਢੇਸੀ ਜਿੰਨੇ ਵੀ ਮੇਰੇ ਭਰਾ ਨਿਆਣੇ ਸਾਡੇ ਸਾਡੇ ਮਾਪੇ ਆਏ ਆ ਜਿੰਨੀ ਵੀ ਸੰਗਤ ਦਾ ਮੈਂ ਤਹਿ ਦਿਲੋਂ ਧੰਨਵਾਦ ਆ ਜਿਹਨੇ ਟੂਰਨਾਮੈਂਟ ਨੂੰ ਕਾਮਯਾਬ ਕੀਤਾ ਥੈਂਕ ਯੂ ਵਾਹ ਜੀ ਵਾਹ ਲਾਲੀ ਢੇਸੀ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਹੈ ਇਹਨਾਂ ਸਾਰੀਆਂ ਸ਼ਖਸੀਅਤਾਂ ਦਾ ਰੋਲ ਖੇਡ ਕਬੱਡੀ ਦੇ ਵਾਸਤੇ ਵੱਡਾ ਹੈ ਲਾਲੀ ਢੇਸੀ ਜੀ ਨੇ ਅਨੁਸ਼ਨਲ ਅੰਦਾਜ਼ ਦੇ ਵਿੱਚ ਸਾਰਿਆਂ ਦਾ ਧੰਨਵਾਦ ਕੀਤਾ ਹੈ ਵੀ ਸੰਗਤ ਨੇ ਇੰਨਾ ਪਿਆਰ ਦਿੱਤਾ ਇੰਨੀ ਉਮੀਦ ਨਹੀਂ ਸੀ ਉਮੀਦ ਤੋਂ ਵੱਧ ਸਾਰੀ ਸੰਗਤ ਨੇ ਬਹੁਤ ਵੱਡਾ ਸਹਿਯੋਗ ਬਖਸ਼ਿਆ ਹੈ ਸਾਰਿਆਂ ਦਾ ਧੰਨਵਾਦ ਇਹਦੇ ਬਹੁਤ ਹੀ ਸਤਿਕਾਰਯੋਗ ਟਿਮ ਉੱਪਰ ਦੀ ਮੈਂਬਰ ਆਫ ਪਾਰਲੀਮੈਂਟ ਸਾਡੇ ਕੋਲ ਪੁੱਜਣ ਜਾ ਰਹੇ ਨੇ ਨਾਲ ਜੱਸੀ ਸੁਲਤਾਨ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਜੀ ਇਹਨਾਂ ਨੂੰ ਆਖਦੇ ਆ ਨਾ ਕਿਤੇ ਪਾਸੇ ਦੀਸ਼ਾ ਔਰ ਦੂਸਰੇ ਪਾਸੇ ਰਵੀ ਰਵੀ ਤੇ ਦੀਸ਼ੇ ਦਾ ਮੁਕਾਬਲਾ ਰਾਏਪੁਰ ਦੇ ਨਕੋਦਰ ਦੇ ਨਹੀਂ ਰਹੂਗਾ ਰਮਨ ਰਣਜੀਤ ਸਿੰਘ ਜੀ ਸਰਾਇ ਸਾਹਿਬ ਤੇ ਜਸਵੀਰ ਸਿੰਘ ਜੀ ਜਸਵਾਲ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਜਿਨ੍ਹਾਂ ਦੀ ਬਦੌਲਤ ਖਿਡਾਰੀਆਂ ਦੇ ਵੀਜ਼ੇ ਲੱਗੇ ਹਰ ਖਿਡਾਰੀ 2024 ਦਾ ਖੇਡ ਸੀਜ਼ਨ ਅਲਬਰਟਾ ਬ੍ਰਿਟਿਸ਼ ਕੋਲੰਬੀਆ ਦੇ ਉਲਟਾਰੀਓ ਦੇ ਵਿੱਚ ਖੇਡਣ ਦੇ ਵਾਸਤੇ ਪੁੱਜੇ ਨੇ ਬਹੁਤ ਬਹੁਤ ਧੰਨਵਾਦ ਰਣਜੀਤ ਸਿੰਘ ਜੀ ਸਹਿਜ ਸਾਹਿਬ ਉਹਨਾਂ ਦਾ ਤੇ ਜਿੰਨੀਆਂ ਵੀ ਹੋਰ ਸਤਿਕਾਰਯੋਗ ਰਿਆਸੀ ਸ਼ਖਸੀਅਤਾਂ ਜਿਨ੍ਹਾਂ ਦਾ ਵੱਡਾ ਰੋਲ ਹੈ ਜਸਵੀਰ ਸਿੰਘ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਲਓ ਅਗਲੀ ਕਬੱਡੀ ਪੂਰੀ ਜੀ ਨਾਗਰਿਕ ਕਬੱਡੀ ਸ਼ਨਾ ਵਾਲਾ ਕਰਦੀਪ ਸਿੰਘ ਭੂਰੀ ਪਾਉਣ ਦੇ ਲਈ ਵਾਧਾ ਹੈ ਇੱਕ ਵਜ ਜੋਰ ਜਿਵੇਂ ਸਾਰ ਕਾਲਿਆ ਚੋਬਰ ਦੇ ਪੱਟਾਂ ਵਿੱਚ ਜਾਨ ਕਾਲਿਆ ਚੋਬਰ ਦੇ ਪੱਟਾਂ ਵਿੱਚ ਯਾਦ ਕਾਲਿਆ ਵਾਹ ਉਹ ਸੁਣੇ ਕਿ ਮੋਟਰ ਮਿੱਤਰਾਂ ਦੀ ਚੱਲ ਬੰਦਾਲੇ ਚੱਲੀਏ ਨਕਸ਼ੇ ਮੈਦਾਨ ਵਿੱਚ ਗਰਦੀਪ ਸਿੰਘ ਭੂਰੀ ਲੱਖਾਂ ਦੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਹੈ ਅਗਲੀ ਕਬੱਡੀ ਰਾਜੂ ਪਾਉਣ ਦੇ ਲਈ ਵਾਧਾ ਹੋਇਆ ਹੈ ਕੋਟਲਾ ਭਰੀ ਪਿੰਡ ਦੁਨੀਆਂ ਦੇ ਚੱਪੇ ਚੱਪੇ ਤੇ ਇਸ ਨੌਜਵਾਨ ਨੇ ਮਸ਼ਹੂਰ ਕਰ ਦਿੱਤਾ ਹੈ ਮੇਰੇ ਵੀ ਇਸ ਸਮੇਂ ਕਬੱਡੀ ਪਾਉਣ ਦੇ ਲਈ ਖੋਲਿਆ ਹੋਇਆ ਹੈ ਨੌਜਵਾਨ ਗੱਭਰੂ ਰਾਜੂ ਕੋਟਲਾ ਭਰੀ ਪਿੰਡ ਵਾਲਾ ਕਰਦਾ ਜਾਫੀ ਟਰਾਈ ਡੱਕਣ ਦੀ ਰੱਖਣ ਦੀ ਬਾਜੂ ਰੱਖਣ ਦੇ ਪਾਠ ਆਪਣੀ ਟੀਮ ਦੇ ਹਿੱਸੇ ਜੁੜ ਗਿਆ ਹੈ ਜਸਵੀਰ ਸਿੰਘ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਪਰਸਨਲ ਅਸਿਸਟੈਂਟ ਨੇ ਸਾਡੇ ਰਣਜੀਤ ਸਿੰਘ ਜੀ ਸਾਹਿਬ ਮੈਂਬਰ ਆਫ ਪਾਰਲੀਮੈਂਟ ਜੀ ਦੇ ਪਰਸਨਲ ਅਸਿਸਟੈਂਟ ਨੇ ਜਸਵੀਰ ਸਿੰਘ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਰੱਖ ਰਿਹਾ ਹੈ ਇਹਨਾਂ ਉੱਪਰ ਵੀ ਮੈਂਬਰ ਆਫ ਪਾਰਲੀਮੈਂਟ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਔਰ ਜਸਵੀਰ ਸਾਹਿਬ ਸਾਡੇ ਖੇਡ ਕਬੱਡੀ ਦਾ ਸਟਾਰ ਭਲਵਾਨੀ ਦਾ ਸਟਾਰ ਕੈਨੇਡੀਅਨ ਪੁਲਿਸ ਦਾ ਸਟਾਰ ਤੇ ਹੁਣ ਕੈਨੇਡਾ ਦੀ ਸਿਆਸਤ ਦੇ ਵਿੱਚ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਉਤਰ ਰਿਹਾ ਅਸੀਂ ਮੁੰਡੇ ਨੂੰ ਕਾਮਯਾਬ ਕਰਨਾ ਹੈ ਸੋ ਸਾਰੀਆਂ ਸ਼ਖਸੀਅਤਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸੈਕਿੰਡ ਦੀ ਖੇਡ ਸੈਕਿੰਡ ਆਪਣੀ ਮਿਲਟਰੀ ਦੇ ਲਈ ਸਾਡੇ ਵੀਰ ਲੱਖਾਂ ਤੇ ਇਕਬਾਲ ਬਹੁਤ ਬਹੁਤ ਧੰਨਵਾਦ ਮੈਂਬਰ ਆਫ ਪਾਰਲੀਮੈਂਟ ਤੇਮੱਪੋ ਜੀ ਜੈਸੀ ਸਹੋਤਾ ਸਾਡਾ ਵੀਰ ਵਿਸ਼ੇਸ਼ ਤੌਰ ਤੇ ਪੁੱਜਿਆ ਸਿਆਸਤ ਦੀ ਦੁਨੀਆਂ ਦੇ ਵਿੱਚ ਉੱਤੇ ਹੈ ਵੱਡੀ ਮਾਣ ਹੈ ਜੈਸੀ ਨੂੰ ਪਾਲਾ ਸਹੋਤਾ ਜੀ ਵਿਸ਼ੇਸ਼ ਤੌਰ ਤੇ ਪੁੱਜਿਆ ਹੈ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਲਾਈਵ ਸਪੋਰਟਸ ਤੇਰਾ ਤੇਰਾ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਲਾਈਵ ਕਬੱਡੀ ਪ੍ਰੋਡਕਸ਼ਨ ਦੀ ਸਾਰੀ ਟੀਮ ਦਾ ਵੀ ਬਹੁਤ ਬਹੁਤ ਧੰਨਵਾਦ ਇਕਬਾਲ ਗਾਲਮ ਤੇ ਰੱਖ ਲੱਕੀ ਸਿੰਘਾਂ ਭਰੋਸਾ ਰੱਬ ਤੇ ਕਰ ਮਿਹਨਤ ਹੁੰਦੀਆਂ ਚੜ੍ਹਾਈਆਂ ਜਗ ਤੇ ਹਰ ਖੇਲ ਖੇਤਰ ਜਿਹੜਾ ਮਿਹਨਤ ਮੰਗਦਾ ਹੈ ਤਾਂ ਜਾ ਕੇ ਚੜ੍ਹਾਈ ਹੁੰਦੀ ਹੈ ਸੋ ਇਕਬਾਲ ਗਾਲਮ
ਬਹੁਤ ਧੰਨਵਾਦ ਉਸਤਾਦ ਜੀ ਲੱਕੜ ਅਲੀ ਜੀ, ਬਹੁਤ ਨਾਲੋ ਚਲਦੇ ਮੁਕਾਬਲੇ ਹਾਸਲ ਦੇ ਕੋਲ ਨੇ ਆਜ਼ਾਦ ਪੰਜਾਬ ਕੇਸਰੀ ਕਬੱਡੀ ਕਲੱਬ ਦੇ ਕੋਲ ਨੇ 24 ਤੇ ਯੂਨਾਈਟਡ ਬੀਸੀ ਫਰੈਂਡਸ ਕਬੱਡੀ ਕਲੱਬ ਕੋਲ ਨੇ 23 ਤੇ 24 ਦਾ ਮੁਕਾਬਲਾ ਫਾਈਨਲ ਫੋਰ ਰੱਖਣਗੇ। ਨੰਬਰ 23 ਉਦੋਂ ਵੀ ਵੱਡੀ ਨਹੀਂ, 24 ਲੱਕੇ ਸਿੰਘ ਲਾਈਵ ਤੇ ਪੁੱਛਿਆ ਵੀ ਨਾਲ ਉਹਨਾਂ ਕਿੱਦਾਂ ਦਾ ਮਹਿਸੂਸ ਹੋਇਆ ਕੈਨੇਡਾ ਕੱਪ ਦੇ ਵਿੱਚ ਬੈਸਟ ਬਣ ਕੇ, ਕਹਿੰਦਾ ਭਾਰੀ ਇੰਜਰਡ ਸੀ, ਡਾਕਟਰ ਨੇ ਕਿਹਾ ਸੀ ਵੀ ਖੇਡਣਾ ਨੀ, ਉਂਗਲ ਤੇ ਸੱਟ ਲੱਗੀ ਸੀ, ਕਹਿੰਦੇ ਡਾਕਟਰ ਨੇ ਕਿਹਾ ਸੀ ਉਂਗਲ ਕੱਟਣੀ ਪੈ ਜਾ ਸਕਦੀ ਹੈ, ਪਰ ਕਹਿੰਦਾ ਫਰਿਆਦ ਨੇ ਤੇ ਇੰਦਰਜੀਤ ਨੇ ਹਲਾਸ਼ੇਰੀ ਦਿੱਤੀ ਤੇ ਕੈਨੇਡਾ ਕਬੱਡੀ ਕੱਪ ਦਾ ਬੈਸਟ ਬਣ ਗਿਆ, ਬੈਸਟ ਬਣ ਗਿਆ। ਇਹ ਘਾਲੜਾ ਹੁੰਦੀ ਹੈ ਮਨ ਦੇ ਵਿੱਚ, ਸੋਚ ਹੁੰਦੀ ਹੈ, ਪਰ ਅਗਲੀ ਕਬੱਡੀ ਫੇਰ ਕਹਿੰਦੇ ਇਹ ਕਾਲਾ ਧੂਲ ਕੋਟ ਵਾਲਾ ਆ ਗਿਆ। ਉਹਦੇ ਰਣਦੀਪ ਸਿੰਘ ਜੀ ਸਰਾਏ ਨਾਲ ਜਸੀ ਸਹੋਤਾ ਜੀ ਨਾਲ ਟੀਮ ਉੱਪਰ ਜੀ ਪੁੱਜੇ ਹੋਏ ਆ, ਇਹਨਾਂ ਦਾ ਸਾਰੇ ਭਰਾਵਾਂ ਦਾ ਧੰਨਵਾਦ ਹੈ ਕਾਲੇ ਦੀ ਕਬੱਡੀ ਦੇ ਉੱਪਰ। ਯਾਰ ਪੰਜਾਬ ਕੇਸਰੀ ਦੀ ਟੀਮ ਤੇ ਉਧਰ ਅਵਤਾਰ ਢੇਸੀ ਦੇ ਵੀ ਕਬੱਡੀ ਦੇ ਪੁਆਇੰਟ ਹੁਣ ਵੇਖਾਂਗੇ। ਯਾਰ ਪੰਜਾਬ ਕੇਸਰੀ ਦਾ ਕਿਹੜਾ ਜਾਫੀ ਜਫਾ ਲਾ ਕੇ ਕਰਾਊ ਬੱਲੇ ਬੱਲੇ ਜਾ ਫਿਰ ਕਲਸੀਆਂ ਵਾਲਾ। ਰਾਜੂ ਫੇਰ ਅਗਲੀ, ਰਾਜੂ ਕੋਟਲਾ ਭੜੀ ਵਾਲਾ ਕਬੱਡੀ ਪਾਉਣ ਦੇ ਲਈ, ਉਧਰ ਦੇਖਦੇ ਵੀ ਇਸ ਸਮੇਂ ਭੋਲਾ ਸੰਧੂ ਜੀ, ਅਵਤਾਰ ਢੇਸੀ ਜੀ, ਨਾ ਦੇਖਦੇ ਬੂਟਾ ਰਾਏਕੋਟ ਸਾਡਾ ਵੀਰ ਬੂਟਾ ਛਾਪਾ ਰਾਏਕੋਟ ਦੇ ਮੇਲੇ ਲਈ ਵੀ ਸੱਦੇ ਲੈ ਰਿਹਾ ਵੀ 22-24 ਰਾਏਕੋਟ ਦੇ ਜਨਵਰੀ ਮਹੀਨੇ ਚ ਰੌਣਕ ਲੱਗੀ ਹੈ। ਰਾਜੂ ਕਬੱਡੀ ਪਾ ਰਿਹਾ ਸ਼ਰਮਿਆ, ਅੱਜ ਵੱਡੀ ਜ਼ਿੰਮੇਵਾਰੀ ਪੈ ਗਈ, ਵੱਡੀ ਜ਼ਿੰਮੇਵਾਰੀ ਪੈ ਗਈ ਇੱਕੋ ਕਬੱਡੀ ਕੱਪ ਦੇ ਨਵੇਂ ਸਰਾਜ ਜਿੱਤਣ ਵਾਲੇ ਜਿਉਂਦੇ।
ਜੋਦੇ ਪਰ ਸਭ ਪਟਾਂਡਿਆਂ ਦੇ ਉੱਪਰ ਵਾਲੇ ਜੋਦੇ ਰਾਜੂ ਤੇ ਸ਼ਰਮੇ ਦੀ ਟੱਕਰ ਹੋ ਗਈ ਟੱਕਰ ਹੋ ਗਈ ਕੋਈ ਚੱਲਿਆ ਗਈ ਕਬੱਡੀ ਪਾਉਣ ਦੇ ਲਈ ਅੰਤਰ ਇੱਕ ਵੱਡੀ ਸੀ ਦਿੰਦਾ ਬੈਸਟ ਰਿਹਾ ਇਸ ਸਾਲ ਉਧਰ ਸਰੀ ਵੀ ਕਹਿੰਦੇ ਇੰਗਲੈਂਡ ਦਾ ਕਬੱਡੀ ਸੀਜ਼ਨ ਦਾ ਯੂਕੇ ਦਾ ਕਬੱਡੀ ਸੀਜ਼ਨ ਦਾ ਬੈਸਟ ਰਿਹਾ ਤੇ ਉਹ ਚੱਲਿਆ ਛੰਨਾ ਵਾਲਾ ਭੂਰੀ ਕਹਿੰਦੇ ਦੁਨੀਆ ਕਹਿੰਦੀ ਭੂਰੀ ਦੁਨੀਆ ਉਡੀਕ ਕਰ ਰਹੀ ਹੈ ਵੀ ਭੂਰੀ ਕੱਢ ਲੈਣ ਕਰੇ ਪੰਜਾਬ ਦੀ ਧਰਤੀ ਤੇ ਕੱਲ ਇਸ ਵੇਲੇ ਭੂਰੀ ਦੀ ਜਿਹੜੀ ਚਰਚਾ ਹੋਵੇ ਸਾਜੀ ਨੇ ਫਿਰ ਕਬੱਡੀ ਪਾ ਦਿੱਤੀ ਹੈ ਉਧਰ ਦੀਪ ਢੱਡ ਰਹੀ ਹੈ ਰਜੀਵ ਉਹਨਾਂ ਨਾਲ ਧੂਪੜ ਵਾਲਾ ਜੇਲਾ ਤੇ ਗਗਨ ਦੀ ਸਰਸੇ ਹੁੜੀ ਕਹਿੰਦੇ ਮਾਣ ਕਰਦੇ ਆ ਸਾਜੀ ਅੱਜ ਸਵੇਰ ਕਬੱਡੀ ਸਾਜੀ ਵੀ ਹੈ ਚਾਰ ਦੇ ਸ਼ਹਿਜਾਦ ਅਲੀ ਉਧਰ ਫੇਰ ਅਖਬਾਰ ਦਾ ਜੱਫਾ ਲਾ ਕੇ ਆਜ਼ਾਦ ਪੰਜਾਬ ਕੇਸਰੀ ਵੱਲੋਂ ਬੱਲੇ ਬੱਲੇ ਕਰਵਾਵੇਗਾ ਚੱਕਰਵਾਲਾ ਬੰਦਰ ਆਪਣੇ ਸਮੇਂ ਦੇ ਤਕੜੀ ਕਬੱਡੀ ਖੇਡੀ ਆ ਤੇ ਤਾਲੀ ਦੇ ਹੱਕ ਵਿੱਚ ਫੈਸਲਾ ਕਰਦਾ ਹੋਇਆ ਅਜਿਹਾ ਹੁਣ ਚਿੱਟੀ ਵਾਲਾ ਅਗਲੀ ਕਬੱਡੀ ਪਾਉਣ ਵਾਲਾ ਖੇਡ ਮੈਦਾਨ ਦੇ ਵਿੱਚ ਤੇ ਵੇਖ ਰਿਹਾ ਹਾਂ ਵਿੱਚ ਮੁਸ਼ਕਲ ਨੂੰ ਜੋ ਨਾ ਕਦੇ ਘਬਰਾਉਂਦੇ ਨੇ ਜੀ ਤੋੜ ਜੋ ਕਰਦੇ ਮਿਹਨਤ ਉਹੀ ਉਹ ਮੰਜ਼ਿਲ ਪਾਉਂਦੇ ਨੇ ਸੂਰਮਿਆਂ ਦੀ ਗੱਲ ਸੁਣਾ ਇੱਥੇ ਕਰਦਾ ਕੁੱਲ ਜਮਾਨਾ ਲੱਖੇ ਸਿੱਧਵਾ ਚੜ੍ਹਦੇ ਸੂਰਜ ਨੂੰ ਉਹ ਦੁਨੀਆ ਕਰੇ ਸਲਾਮਾ ਲੱਖੇ ਸਿੱਧਵਾ ਚੜ੍ਹਦੇ ਸੂਰਜ ਨੂੰ ਦੁਨੀਆ ਕਰੇ ਸਲਾਮਾ ਇੱਕ ਪਾਸੇ ਪਿਆਰ ਲੇਟ ਦੀ ਡਿਊਟੀ ਲੱਗੀ ਆ ਮੇਜਰ ਬਰਾਰ ਅੱਜ ਖੁਸ਼ ਹੈ ਕਿ ਵੱਡੀ ਸੰਗਤ ਜਿਹੜੀ ਜਿਹੜੇ ਸ਼ਾਰਟ ਨੋਟਿਸ ਤੇ ਪੁੱਜ ਗਈ ਆ ਐਰੋ ਚਵੇਰ ਲੈ ਸਮੇ ਪੰਜਾਬੀਆਂ ਦਾ ਸੁਰੱਖਣ ਸਿੰਘ ਆ ਗਿਆ ਸੁਨੀ ਦੇ ਨਾਲ ਟੱਕਰ ਹੋ ਗਈ ਕਾਲੇ ਸੁਰਾ ਬਾਜ ਦੇ ਨਾਲ ਆ ਵੀ ਭਾਰਤ ਵੱਡੀ ਦੇ ਵਿੱਚ ਕੈਦ ਕਰ ਦੋ ਕੈਮਰੇ ਫੋਕਸ ਕਰ ਲੋ ਜੇਤੂ ਕਬੱਡੀ ਪਾਈ ਹੈ ਨਰੂੜ ਵਾਲਿਆ ਅੱਜ ਦੇਖਦੇ ਆ ਕੌਣ ਜਿੱਤਦਾ ਇੱਧਰ ਸੋਸ਼ਲ ਮੀਡੀਆ ਤੇ ਨਰੂੜ ਵਾਲੇ ਨੇ ਵੀ ਚੀਕਾ ਘੜਾਜੇ ਪੰਜਾ ਸੀਲੂ ਵਾਂਗੂ ਪਰ ਇੱਧਰ ਸ਼ਰਮੀ ਦੀ ਸਾਜੀ ਨਾਲ ਸ਼ਿਸ਼ੇ ਨਾਲ ਸ਼ਰਮਾ ਅਗਲੀ ਕਬੱਡੀ ਚਿੱਤ ਵਾਲਾ ਚਿੱਟੀ ਵਾਲਾ ਜਿਹੜੇ ਜਲੰਧਰ ਵਾਲਾ ਇਸ ਸਮੇਂ ਖੇਡਾਂ ਦੇ ਵਿੱਚ ਅਗਲੀ ਕਬੱਡੀ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਦੇਖਦਾ ਜਮਾਨਾ ਸਾਰਾ ਖੜ ਖੜ ਕੇ ਕੋਈ ਬੈਠ ਕੇ ਵੀ ਖੜ ਕੇ ਰਾਜਾ ਖੇਡਾ ਸਾਡਾ ਵੀਰ ਜੀ ਉਹ ਧੰਨਵਾਦ ਵਾਧਾ ਬੰਦਾ ਬਾਲੋ ਵਾਲਾ ਖੇਡਾਂ ਦੇ ਵਿੱਚ ਇੱਕ ਬੰਦਾ ਵਾਧਾ ਕਰਦਾ ਹੋਇਆ ਬੰਦਾ ਬਾਲੋ ਦੀ ਭਰਾ ਇਸ ਸਮੇਂ ਕਬੱਡੀ ਪਾ ਰਿਹਾ ਕਹਿੰਦਾ ਜੋ ਜੀ ਬੱਬੂ ਬੱਬੂ ਜੀ ਟੋਨੀ ਬੇਟੀ ਜੀ ਮੁੰਡਾ ਬੱਬੂ ਜੋ ਜੀ ਤੇ ਬਾਲਾ ਸੋਤਾ ਜੀ ਇਹਨਾਂ ਦਾ ਵੀ ਧੰਨਵਾਦ ਹੈ ਉਹਦਾ ਸਾਰੇ ਭਾਵਾਂ ਨੂੰ ਬੇਨਤੀ ਹੈ ਵੀ ਜਿਹਨਾਂ ਨੇ ਲੈਂਡ ਮਾਰਕ ਟਰੰਕ ਰੋਡ ਦੇ ਉੱਪਰ ਕਾਰਾਂ ਪਾਰਕ ਕੀਤੀਆਂ ਨੇ ਉਹ ਪਲੀਜ਼ ਮੂਵ ਕਰ ਲਓ ਦੇਖੋ ਪਾਰਕਿੰਗ ਫੁੱਲ ਹੋ ਗਈ ਹੈ ਪਿਆਰ ਹੁੰਦਾ ਕੋਈ ਟੋ ਹੋ ਜਾਣੀਆਂ ਨੇ ਇਹ ਬੇਨਤੀ ਹੈ ਜਿੱਥੇ ਵੀ ਤੁਹਾਨੂੰ ਜਗ੍ਹਾ ਮਿਲਦੀ ਹੈ ਤਾਂ ਪਲੀਜ਼ ਉੱਥੇ ਜਾ ਕੇ ਕਾਰਾਂ ਪਾਰਕ ਕਰ ਲਿਓ ਇੱਧਰ ਰੀਪਲੇ ਮੰਗਿਆ ਜਾ ਰਿਹਾ ਸਿੱਧੂ ਵਾਲਿਆ ਮੇਲਾ ਭਰ ਗਿਆ ਸਿੱਧੂ ਜੀ
ਬਿਆਨ ਕਰਦੀ ਹੈ ਵੀ ਕੁਝ ਘੰਟਿਆਂ ਦੇ ਵਿੱਚ ਸੋਸ਼ਲ ਮੀਡੀਆ ਦੇ ਬੜੇ ਚੀਕਾਂ ਪੈ ਗਈਆਂ ਇਸ ਐਰ ਦੀਆਂ। ਦੇਖੋ ਜਮਾਨਾ ਕਿੱਥੇ ਪੁੱਜ ਗਿਆ, ਰੋਡ ਵਾਲਿਆ ਸਾਈਕਲ, ਸਾਈਕਲ ਤੋਂ ਬਾਅਦ ਮੋਟਰਸਾਈਕਲ, ਹੁਣ ਦੇਖੋ ਸਮਾਂ ਸੀ ਜਦ ਖਿਡਾਰੀ ਖੇਡਦੇ ਫਿਰ ਜਾ ਕੇ ਪੰਜਾਬ ਦੇ ਵਿੱਚ ਕੈਨੇਡਾ ਦੇ ਵੱਖ ਵੱਖ ਸਟੂਡੀਓ ਦੇ ਉੱਪਰ ਜਿਹੜੀਆਂ ਵੀਡੀਓ ਜਾਂਦੀਆਂ ਜੀ ਅਖਬਾਰਾਂ ਦੇ ਵਿੱਚ ਛਪਦਾ, ਔਰ ਹੁਣ ਤਾਂ ਟਿਕਟੌਕ ਤੇ ਲਾਹੌਰ ਕੇ ਡਾਈ ਫਿਰ ਫੇਸਬੁੱਕ ਆ ਗਈ, ਫਿਰ ਦੇਖਿਓ ਹੁਣ ਕਹਿੰਦੇ ਫੇਸਬੁੱਕ ਦੇ ਉੱਪਰ ਵੀ ਨਿਊ ਜਨਰੇਸ਼ਨ ਕਹਿੰਦੇ ਇੰਸਟਾ ਤੇ ਆ ਗਈ, ਨਾਲ ਟਿਕਟੌਕ ਤੇ ਆ ਗਈ, ਰੰਬਲ ਵੀ ਆ ਗਈ। ਇਧਰ ਭਾਰੀ ਹੁਣ ਕਹਿੰਦੇ ਵੀ ਸਾਹਿਬ ਚੱਕ ਗਰਾਂ ਵਾਲੇ ਸਾਡੀ ਕੋਰਟ ਕਪੂਰੇ ਵਿੱਚ ਵਕੀਲਾ ਗੁਰਦੇਵ ਡੈਰੀ ਤੇ ਗੁਰੂ ਸੁਖੀ ਹੁਸਰ ਸਾਰੇ ਧੰਨਵਾਦ ਜੈਕ ਧਾਲੀਵਾਲ ਸਾਹਿਬ ਬਹੁਤ ਬਹੁਤ ਧੰਨਵਾਦ ਆ ਜਗੀ ਸੁਸ਼ੀ ਲਈ ਆਜ਼ਾਦ ਪੰਜਾਬ ਕੇਸਰੀ ਆ ਜੀ ਸ਼ਾਹ ਜੀ, ਸ਼ਾਹ ਸਿਆਟਲ ਜੀ ਤੇ ਇੱਧਰ ਮੇਜਰ ਸਿੰਘ ਜੀ, ਬਰਾੜ ਜਲੰਧਰ ਸਿੰਘ ਜੀ, ਸਿੱਧੂ ਲਾਲੀ ਢੇਸੀ ਜੀ, ਗੁਜਰਾਤ ਟ੍ਰਾਂਸਪੋਰਟ ਦੇ ਲਾਲੀ ਸਿੱਧੂ, ਟ੍ਰਾਂਸਪੋਰਟ ਵਾਲੇ ਉਧਰ ਨਾਲ ਦੀ ਨਾਲ ਗੱਲ ਕਰੀਏ ਵੀ ਡੀਸੀ ਟਾਰ ਦਾ ਸਾਰੇ ਵੀਰ ਐਮ ਐਮ ਗ੍ਰੀਨ ਹਾਊਸ ਵਾਲੇ ਸਾਡੇ ਘਰਾਂ ਦਾ ਇੱਕ ਇੰਸ਼ੋਰੈਂਸ ਦਾ ਸਾਰੇ ਵੀਰ ਜਿਹੜੇ ਉਧਰ ਨਾਲ ਕਰੀਏ ਵੀ ਸੂਰਜ ਬਿਲਡਿੰਗ ਸਪਲਾਈ ਟ੍ਰਸਟ ਯਾਰ ਭਾਜੀ ਖੁਸ਼ ਹੋ, ਪਰਸੋਂ ਸੋਚਦੇ ਸੀ ਉਹ ਖੁੰਜੇ ਦੇ ਵਿੱਚ ਬੈਠ ਕੇ ਵੀ ਯਾਰ ਦਰਸ਼ਕ ਪੁੱਜ ਜਾਣਗੇ, ਕਬੱਡੀ ਕਬੱਡੀ ਚਾਹੇ ਜੰਗਲ ਗਿਣਤੀ ਕਬੱਡੀ ਦੇ ਵਿੱਚ ਦਰਸ਼ਕ ਪੁੱਜਣਗੇ। ਅੱਜ ਖੁਸ਼ਿਆ ਮਾਲਕ ਦੀ ਮਿਹਰ ਹੈ, ਖੁਸ਼ੀ ਕਰਦਾ ਚਿੱਤ ਪੱਚੀ ਵਾਲੇ ਕਿਹੜਾ ਵਾਧਾ ਕਰਦਾ ਹੋਇਆ ਕਲਾਮ ਵਾਲੇ ਬੱਲੇ ਭੂਰੀ ਛੱਡਣ ਵਾਲਾ ਡੇਢ ਕਿਲੋ ਫਰਕ ਸੀ ਸਾਡੇ ਸੌ ਵਿਖਾ ਕੀ ਹੋਏਗਾ ਸਾਡੀ ਕਾਸ਼ਿਸ਼ ਕਰਦਾ ਇੱਕ ਫਿਰ ਜਸਰੀ ਗੋਤਾ ਜੀ ਦਾ ਤੇ ਨਾਲ ਟੇਕ ਉੱਪਰ ਜੀ
ਤੇ ਰਣਦੀਪ ਸਿੰਘ ਜੀ ਸਰਾਏ ਸਾਹਿਬ ਪਹਿਲਾ ਸੋਤਾ ਜੀ ਦਾ ਧੰਨਵਾਦ ਆ, ਬਹੁਤ ਬਹੁਤ ਧੰਨਵਾਦ ਆ। ਸ਼ਹਿਜਾਦ ਸ਼ਾਜੀ ਖੇਡ ਕਬੱਡੀ ਦਾ ਇਸ ਸਮੇਂ ਸ਼ਹਿਜਾਦਾ ਅਗਲੀ ਕਬੱਡੀ ਖੇਡਾਂ ਦੇ ਵਿੱਚ ਪੂਰਾ ਹੋਇਆ। ਕਬੱਡੀ ਦੇ ਇੱਕ ਪਾਸੇ ਟੱਬਰ ਮਾਰੇ ਵਾਲਾ ਸ਼ਰਨਾ ਲੱਗਿਆ ਹੋਇਆ, ਦੂਜੇ ਪਾਸੇ ਅਸ਼ਮੈਂਟ ਵਾਲਾ ਜਾਂ ਬੇੜੇ ਵਾਲਾ ਕਰਾਉ ਬੱਲੇ ਬੱਲੇ, ਜਾਂ ਫਿਰ ਰੱਖਾਂਗੇ ਕੌਣ ਅੱਗੇ ਵੱਧ ਕੇ। ਇਹ ਸ਼ਰਨਾ ਉਹ ਫਰੀਦ ਕੋਟੀ ਆ ਤੇ ਦੂਜੇ ਪਾਸੇ ਜਲੰਧਰੀਆ ਕਬੱਡੀ ਕੋਈ ਕਹਿੰਦਾ ਵੀ ਸ਼ਰਨੇ ਨੇ ਰੱਖ ਲਿਆ, ਕੋਈ ਕਹਿੰਦਾ ਹਜੇ ਦੇਖ ਨਾ ਭੱਜ ਜਾਣਾ, ਹਜੇ ਤਾਂ ਸਮਾਂ ਬਾਕੀ ਹੈ 30 ਸੈਕਿੰਡ ਹੈ ਖੇਡ ਕਬੱਡੀ ਦੇ। ਬੱਬੂ ਜੀ ਤੁਹਾਡੀ ਸਾਰੀ ਹਮੇਸ਼ਾ ਦਾ ਧੰਨਵਾਦ ਹੈ, ਧੰਨਵਾਦ ਹੈ। ਲਓ ਇਸ ਵੇਲੇ ਜਿਹੜੀ ਖੇਡ ਇੱਧਰ ਦੁਨੀਆ ਦੇਖੋ ਚੇਂਜ ਹੋ ਗਈ ਹੈ, ਆਜ਼ਾਦ ਪੰਜਾਬ ਕੇਸਰੀ ਕਬੱਡੀ ਕਲੱਬ ਵੱਲੋਂ ਦੇਖਾਂਗੇ ਅਸ਼ ਮਹਿਤੂਤ ਬਰਸਾਲ ਬੁਲੀ ਕੁਛ ਗਾਰਾ ਮੈਂ ਤੋ ਵਰ ਚਿੰਬਲ ਚਿੱਟੀ ਵਾਲਾ ਸਿੱਧਵਾ ਆਇਆ ਦਿੰਦੇ ਗਾ ਨੈਟ ਫਾਈਟ ਐਨ ਕਹਿੰਦੇ ਬਾਜੀ ਸੱਜੇ ਖੱਬੇ ਸੱਜੇ ਖੱਬੇ ਸੱਜੇ ਖੱਬੇ। ਰਾਜ ਸਾਹਿਬ ਤੁਹਾਡਾ ਵੀ ਧੰਨਵਾਦ, ਹੋਵੇ ਵੀ ਕਬੱਡੀ ਬਣਾਉਂਦੇ ਜਾਓ। ਤਾਰੀ ਵੱਜ ਗਈ ਬਿਲਕੁਲ ਪਹਿਲਾ ਜੱਫਾ ਇੱਧਰ ਲੱਗਿਆ
ਦੂਜਾ ਇੱਧਰ ਲੱਗ ਗਿਆ, ਤੀਜਾ ਫੇਰ ਇੱਧਰ ਲੱਗ ਗਿਆ, ਹੈਟ੍ਰਿਕ ਹੋ ਗਈ ਮੈਚ ਬਰਾਬਰੀ ਤੇ ਹੈ। ਉਧਰ ਫੇਰ ਕਹਿੰਦੇ ਭੂਰੀ ਨੇ ਕਬੱਡੀ ਪਾਤੀ, ਫੇਰ ਭੂਰੀ ਨੇ ਕਬੱਡੀ ਪਾਤੀ ਛੱਡਾਂ ਵਾਲਾ, ਉਹ ਚੱਲਿਆ ਗੁਰਦੀਪ ਸਿੰਘ, ਉਹ ਚੱਲਿਆ ਕਲਜੀਤੇ ਜੀ। ਬੜੀਆਂ ਸਟਾਈਲ ਹੈ ਸਰੋਜਨ ਦਾ, ਲਓ ਬੜੇ ਨਰਮ ਸੁਆਦ ਆ ਇਹ ਖਿਡਾਰੀ। ਰਾਜੂ ਫੇਰ ਕਬੱਡੀ, ਕੋਟਲਾ ਪੜੀ, ਕੋਟਲੇ ਦਾ ਰਾਜੂ ਇਸ ਸਮੇਂ ਇਹ ਖੰਨੇ ਇਲਾਕੇ ਦਾ ਬਾਪ ਲੈ ਕਹਿੰਦੇ ਤਕੜੀ ਸਪੋਰਟਸਮੈਨਸ਼ਿਪ, ਪਿੰਡ ਦੇ ਵਿੱਚ ਸੌਕਰ ਦੀ ਟੀਮ ਤਕੜੀ, ਖੰਨਾ ਇਲਾਕਾ ਕਹਿੰਦੇ ਦਵਿੰਦਰ ਖੰਨੇ ਦੀ ਕਲਮ ਨਾਲ ਮਸ਼ਹੂਰ ਹੋ ਗਿਆ। ਚੌਧਰੀ ਜਗਨਨਾਥ ਦੇ ਹਾਂ, ਚੌਧਰੀ ਜਗਨਨਾਥ ਦੀ ਗੈਰ ਕਹਿਣਾ ਪਾਲੇ ਭਾਜੀ ਕਹਿੰਦੇ ਮਸ਼ਹੂਰ ਸੀ ਖੰਨੇ ਵਾਲੇ ਚੌਧਰੀ ਜਗਨਨਾਥ ਦੀ ਜਿਹੜੀ ਗੈਰ ਕੇ ਸਨ ਚਿੱਠੀ ਖੰਨੇ ਤੋਂ ਦਵਿੰਦਰਾ ਬਿਆਹ ਕਹੂਗੀ ਉਸ ਏਰੀਏ ਦਾ ਜਿਹੜਾ ਕੱਪਾ ਦਵਾਜੀ ਖੁਰਦਪੁਰੀਆਂ ਦੇ ਪਹੁੰਚ ਗਏ ਨੇ। ਬਹੁਤ ਲਾਭ ਦਲਜੀਤ ਧਨਾਵਾਲਾ ਲਓ ਛੰਡਾਂ ਵਾਲਾ ਭੂਰੀ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਹੱਕਾਏ ਸੱਗਿਆ ਵਾਲਿਆ ਬੈਸਟ ਹੈ। ਇੱਕ ਯੂਕੇ ਦਾ ਇੱਕ ਟ੍ਰੈਂਟਰ ਦਾ ਤਾਂ ਟੋਕਣ ਦੀ ਜਿਹੜੀ ਕੋਸ਼ਿਸ਼ ਕੀਤੀ ਸੀ, ਤਾਂ ਮੈਂ ਕਿਹਾ ਵੀ ਅੱਜ ਸਮੇਂ ਫਿਰ ਸਾਜੀ ਦੀ ਕਬੱਡੀ ਆ ਥੋੜੀ ਲੱਤ ਲਾਉਣ ਇਹ ਲੱਤ ਲਾਉਣ ਦੀ ਕੋਸ਼ਿਸ਼ ਹੈ। ਔਰ ਦੇਖੀ 15 ਕੁ ਦਿਨਾਂ ਨੂੰ ਕਹਿੰਦੇ ਵੀ ਤੂੰ ਨਾ ਲੱਤ ਲਾਈ, ਕਹਿੰਦਾ ਕਿਹੋ ਜਿਹੇ ਤੂੰ ਲੱਤ ਲਾ ਦੀ ਨਾ ਮੈਨੂੰ ਜਿੱਤ ਨਹੀਂ ਪੈਣੀ। ਐਲਾਨ ਹੋ ਗਿਆ ਸਰਪੰਚੀ ਦਾ ਪੰਜਾਬ ਦੇ ਵਿੱਚ ਇਹ ਲੱਤ ਲਾਉਣ ਵਾਲੇ, ਕਹਿੰਦਾ ਤੂੰ ਬਹਿਣਾ ਨੀ, ਬਸ ਜੇ ਤੂੰ ਬਹਿ ਗਿਆ ਨਾ ਪੱਪੇ ਬਾਈ ਮੇਰੇ ਵਾਲਾ ਕੰਮ ਹੋ ਜੂ, ਤੂੰ ਖੜਾ ਹੀ ਰਹਿਣਾ ਖੜਾ ਹੀ ਰਹਿਣਾ। ਇਹ ਵੱਖੋ ਵੱਖਰੇ ਨਾ ਟਿਮ ਜੀ ਰਾਜਨੀਤੀ ਦੇ ਵਿੱਚ ਵੀ ਇਸੇ ਤਰ੍ਹਾਂ ਜਿਹੜੀ ਪੈਰੀ ਕੀਤੀ ਜਾਂਦੀ ਹੈ, ਖੇਡ ਕਬੱਡੀ ਦੇ ਵਿੱਚ ਕੀਤੀ ਜਾਂਦੀ ਹੈ। ਰੋਟ ਵੇਖੀਏ ਯਾਰ ਪੰਜਾਬ ਕੇਸਰੀ ਵੱਲੋਂ ਉਹਨਾਂ ਲੱਗੂ ਕਰਨਾ ਦੱਸਾ ਜਾਂ ਝੂਠ ਕੁੱਟ ਗਿਆ ਉਹ ਸੁੱਖੀ ਸਾਡੀ ਪੁਰਤੂ ਕਬੱਡੀ 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 ਵਾਹ ਯਾਰ ਪੰਜਾਬ ਕੇਸਰੀ ਠੀਕ ਹੈ ਮੇਰਾ ਵਾਟਾ ਖੇਲ ਦਾ ਦੇ ਵਿੱਚ ਗਾਲ ਦੁਆਰਾ ਪੁੱਤਰ ਇਸੇ ਵਾਰ ਕੇ ਫੈਸਲੇ ਕਰਦਾ ਹੋਇਆ ਲਗਾ ਲਾ ਵਾ ਕਿਸੇ ਦੀ ਤਰੱਕੀ ਨੂੰ ਦੇਖ ਸਕੀਏ ਹੱਥੀ ਸਦਾ ਆਪਣੇ ਕਿਰਤ ਕਰੀਏ ਲਖੇ ਕੱਲ ਕਦੇ ਛੱਡੀਏ ਨਹੀਂ ਕੰਮ ਅੱਜ ਦੇ ਪਰ ਮਿਹਨਤਾਂ ਹੀ ਹੁੰਦੀਆਂ ਚੜ੍ਹਾਈਆਂ ਜੱਗ ਦੇ ਵਾਹ ਵਾਹ ਕੌਣ ਆ ਰਿਹਾ ਵੱਡੇ ਘਰ ਵਾਲਾ ਬੀਰੂ ਆਉਂਦਾ ਵੱਡੇ ਘਰੀਆ ਵੱਡੇ ਘਰ ਵਾਲਾ ਬੀਰੂ ਆ ਗਿਆ ਵੀ ਬੀਰੂ ਫਤਿਹ ਸਾਂਝੀ ਕਰਦਾ ਆਪਣੇ ਸਮੇਂ ਦਾ ਸਟਾਰ ਕਬੱਡੀ ਖਿਡਾਰੀ ਦੇ ਬਜ਼ੁਰਗ ਜਾਣਦੇ ਹੋਣਗੇ ਵੀ ਕੌਣ ਸੀ ਬੀਰੂ ਕਿੱਦਾਂ ਦੀ ਕਬੱਡੀ ਖੇਡਦਾ ਸੀ ਲਓ ਬੀਰੂ ਵੱਡੇ ਘਰ ਵਾਲਾ ਚੇਂਜੇ ਤੌਰ ਤੇ ਸਾਡਾ ਭਰਾ ਅਮਰੀਕਾ ਤੋਂ ਵਧੀਆ ਦੁਨੀਆ ਦਾ ਸਟਾਰ ਕਬੱਡੀ ਖਿਡਾਰੀ ਇੱਧਰ ਪ੍ਰੇਮ ਚਨੇਹਲ ਸਾਡਾ ਵੀਰ ਹੈ ਸਿੱਧੂ ਕਿਹਦਾ ਮੱਖਣ ਹੈ ਨਾਲ ਦੇਖਦੇ ਵੀ ਦੌੜ ਵਾਲਾ ਪ੍ਰਿੰਦਰ ਵੀ ਪੁੱਜਿਆ ਹੋਇਆ ਉਧਰ ਕਹਿੰਦੇ ਵੀ ਕਿਉਂ ਚੱਕੀਆ ਪੱਪੂ ਵੀ ਆਇਆ ਹੋਵੇਗਾ ਪਰਕਾਰਾ ਘਰ ਵਾਲਾ ਵੀ ਆਇਆ ਹੋਵੇਗਾ 15-20 ਸੈਕਿੰਡ ਗਾਲੋਂ ਤੋਂ ਸ਼ੁਰੂ ਹੋਏ ਸੀ ਕੱਲ ਵੀ ਗੱਲ ਕੀਤੀ ਸੀ ਅੱਜ 10 ਦੀ ਫਾਈਨਲ ਤੋਂ ਪਹਿਲਾਂ ਵੀ ਕਿਹੜੀ ਕਬੱਡੀ ਸੀ ਕਿਹਦਾ ਜਫਾ ਸੀ ਕੁਝ ਤਾਂ ਹੋਇਆ ਹੋਵੇਗਾ ਜਿਹਦੇ ਕਰਕੇ 30 ਸੈਕਿੰਡ ਕਬੱਡੀ ਦੇ ਵਿੱਚ ਗਾਲ ਤੋਂ ਸ਼ੁਰੂ ਹੋਇਆ ਕੌਣ ਹੋਈ ਸਮਝੀ ਕਿਹਦੀ ਕਿਹਦਾ ਜਫਾ ਰਾਜੂ ਇੱਕ ਮੇਰਾ ਵਾਧਾ ਕਰਦਾ ਹੋਇਆ ਇਹ ਛੰਡਾਂ ਵਾਲਾ ਭੂਰੀ ਅਗਲੀ ਕਬੱਡੀ ਪਾਉਂਦਾ ਹੋਇਆ ਇੱਕ ਵੱਡੇ ਘਰ ਵਾਲੇ ਵੀਰ ਜੀ ਪਹੁੰਚੇ ਬਹੁਤ ਬਹੁਤ ਅਮਰੇਸ਼ ਸਿੰਘ ਜੀ ਬਰਾੜ ਸਾਹਿਬ ਪਹੁੰਚੇ ਨੇ ਬਹੁਤ ਧੰਨਵਾਦ ਤੇ ਇਹ ਛੰਡਾਂ ਵਾਲਾ ਭੂਰੀ ਇੱਕ ਮੇਰਾ ਵਾਧਾ ਖੇਡ ਮੈਦਾਨ ਦੇ ਵਿੱਚ ਕਰਦਾ ਹੋਇਆ ਉੱਤਮ ਖੇਡ ਕਬੱਡੀ ਵਾਲੇ ਬੜੀ ਖੜਗੜਾ ਜਸਵੰਤ ਖੜਗੜਾ ਦਾ ਇਸ ਵੇ ਬਹੁਤ ਧੰਨਵਾਦ ਉਹ ਸਿਕਿਉਰਿਟੀ ਵਾਲਿਆਂ ਨੇ ਵੀ ਐਨ ਜਿੰਦੇ ਬੰਦ ਕੀਤੇ ਆ
ਕਹਿੰਦੇ ਮੈਕਸੀਕੋ ਦੀ ਕੰਧ ਹੀ ਬਣਾਈ ਪਈ ਹੈ ਹੈੱਡ ਆਫ ਸਕਿਉਰਿਟੀ ਵਾਲੇ, ਤੁਹਾਡਾ ਵੀ ਧੰਨਵਾਦ ਹੈ, ਬਹੁਤ ਬਹੁਤ ਧੰਨਵਾਦ ਹੈ ਇੰਦਰ ਗੁਰਜਨ ਸਿੰਘ ਜੀ, ਤੁਹਾਡਾ ਧੰਨਵਾਦ ਹੈ ਮਾਲਕ ਦੀ ਕਿਰਪਾ ਕਮਿਊਨਿਟੀ ਨਾਲ ਫੰਕਸ਼ਨ ਦੇ ਅੱਗੇ ਹੋ ਗਏ। ਕਹਿੰਦੇ ਵੱਡੀ ਜ਼ਿੰਮੇਵਾਰੀ ਤੁਹਾਨੂੰ ਵੀ ਸੋਚੀ ਤੇ ਲਾਇਆ ਗਿਆ, ਵੀ ਅਸੀਂ ਕਿੱਦਾਂ ਦੇ ਫੰਕਸ਼ਨ ਜਿਹੜੇ ਤੁਸੀਂ ਕਰਦੇ ਹੋ, ਕਿੰਨੀ ਅਸਰੀ ਵਾਲੀ ਹੋ ਤੇ ਫਿਰ ਜਾ ਕੇ ਮੌਕੇ ਕਬੱਡੀ 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 ਸ਼ਕਤੀ ਬਹੁਤ ਸਿੰਘ ਜੀ ਬਰਾੜ ਸਾਹਿਬ ਪੰਜਾਬੀ ਦੇ ਖੂਬ ਚ ਵਸੀ ਖੇਡ ਆ ਤੇ ਜਵਾਨੋ ਬਸ ਕੇ ਨਸ਼ੇ ਦੋ ਬਹੁਤ ਕਬੱਡੀ ਦੇ ਨਾਲ ਪਾਵੋ ਇਹ ਖੇਡ ਪਿਆਰਾ ਦੀ, ਇਹਨੂੰ ਉੱਚਾ ਨਾਲ ਚਮਕਾਵੋ, ਇਹਦਾ ਉੱਚਾ ਨਾਲ ਚਮਕਾਵੋ ਲੋ। ਅਗਲੀ ਕਬੱਡੀ ਸ਼ਹਿਜਾਦ ਸ਼ਾਜੀ ਇਹ ਸਮੇਂ ਸ਼ਕਲਪੁਰੀਏ ਤੋਂ ਰਹਾ ਉੱਧਰ ਹੈਪੀ ਰਾਵਲ ਕੌਰ ਜੀ ਕਿਉਂਕਿ ਉੱਧਰ ਪਹੁੰਚੇ ਨੇ ਬਹੁਤ ਧੰਨਵਾਦ ਆ ਉਹ ਸ਼ਾਜੀ ਦੀ ਪਈ ਕਬੱਡੀ ਤੇ ਹੁਣ ਦੋੜੇ ਵਾਲਾ ਅਮਰ ਜਾਂ ਬੇੜੇ ਵਾਲਾ ਟਿੱਡੀ ਜਾਂ ਫਿਰ ਸ਼ਰਮਾ ਤੇ ਜਾਂ ਫਿਰ ਹੁਣ ਦੇਖਦੇ ਆ ਇਹ ਡੱਬਰ ਮਾਰੇ ਵਾਲਾ ਕੁਛ ਗੱਲ ਪੁੱਟ ਮਾਸਟਰ ਬਲਜੀਤ ਸਿੰਘ ਜੀ ਰਤਨਗੜ੍ਹ ਟੈਕਨੀਕਲ ਤੌਰ ਤੇ ਜਿਹੜਾ ਪੁਆਇੰਟ ਆ ਉਹ ਧਾਵੀ ਦੇ ਹੱਕ ਵਿੱਚ ਦਿੱਤੇ ਹੋਏ ਕਿ ਲੋਕੀ ਖੜ ਖੜ ਵੇਖਣ ਲਈ ਡੱਬਰ ਨੂੰ ਖੇਡਣ ਜਦੋਂ ਕਬੱਡੀ ਟੱਚ ਹਲਕਾ ਲਾਉਂਦੇ ਨੇ ਸੰਦੀਪ ਕਸਾ ਦੇ ਲੱਪੀ ਉਹ ਧੂੜਾ ਪੱਟੀ ਜਾਂਦੇ ਜਿਹਨੂੰ ਦੁੱਧ ਬੋਲਾਂ ਦਾ ਪੀਤਾ ਲੋਕੋ ਸਰ ਤੋਂ ਸੁਣ ਕੇ ਦੀ ਦੁੱਲਾ ਲੱਖਾਂ ਦੇ ਕਜੀਤਾ ਪਰ ਇਹ ਦੇਖਾਂਗੇ ਛੱਡਾਂ ਵਾਲਾ ਧੂੜੀ ਇੱਕ ਦਾ ਵਾਧਾ ਖੇਡ ਦਾ ਦੇ ਵਿੱਚ ਕਰਦਾ ਹੋਇਆ ਰਾਜੂ ਇੱਕ ਵਾਧਾ ਖੇਡਾਂ ਦੇ ਵਿੱਚ ਇੱਕ ਹੋਰ ਵਾਧਾ ਕਰਦਾ ਹੋਇਆ ਧਰ ਦੇ ਸੋਤੇ ਉਹਨਾਂ ਦਾ ਜੈ ਸੋ ਜੀ ਹੈ ਸ਼ਾਦ ਹੋ ਜਾਵੇਗੀ ਦਾ ਜੈਵੀ ਬੇਸਰ ਬੰਡੀਆਂ ਚੁਕੀਲਾ ਸਾਹਿਬ ਦੀ ਕੋਤਰ ਹੋਣੇ ਦੀ ਟੀਮ ਖੇਡ ਰਹੀ ਆ ਆ ਜਿਹੜੇ ਚੁਨੇ ਉਹ ਵਾਹ ਜਿਹੜੋ ਬਹੁਤ ਵਧੀਆ ਕਬੱਡੀ ਆ ਇਸ ਲਈ ਇਹ ਕੰਮ ਦਾ ਵਾਧਾ ਖੇਡਦਾਰ ਸਿੰਘ ਕਬੱਡੀ ਭਾਰਿਆ ਸਿੱਧਵਾ ਵਾਲਿਆ ਕਿਤ ਨਹੀਂ ਉਹ ਬੰਦੇ ਨੂੰ ਕਬੱਡੀ ਉਧਰ ਦੇਖਦੇ ਵੀ ਜੈ ਸੋਜਰਾ ਜੀ ਧਰਮਿਆ ਅੱਜ ਪਾਰਟੀ ਤਿਆਰੀ ਯਾਰਾਂ ਦੀ ਟੱਕਰ ਮੈਚ ਭਾਰੀ ਕਬੱਡੀ ਚ ਜ਼ਰੂਰੀ ਹੈ ਕਹਿੰਦਾ ਜਿਵੇਂ ਮਿਊਜ਼ਿਕ ਬਿਨਾ ਗੀਤ ਅਧੂਰਾ ਤੇ ਜਿਹੜਾ ਨੂਣ ਬਿਨਾ ਦਾਲ ਅਧੂਰੀ ਹੈ ਨਾ ਏਦਾਂ ਕਹਿੰਦਾ ਵੀ ਸੂਰ ਜਿਹੜਾ ਐਕਸ਼ਨ ਬਿਨਾ ਕਬੱਡੀ ਵੀ ਅਧੂਰੀ ਹੈ ਸੂਰ ਜਿਹੜੀ ਆਵਾ ਕਹਿੰਦੇ ਆ ਰਾਜੂ ਕੋਟ ਭਰੀ ਵਾਲਾ ਅਗਲੀ ਕਬੱਡੀ ਦੇ ਦੂਜੇ ਪਾਸੇ ਬਾਹੂ ਅਕਬਰ ਬੋਲਾ ਇਸ ਦੇ ਕਬੱਡੀ 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 ਆਓ ਰਾਜੂ ਨਹੀਂ ਦਿੱਤਾ ਦੇਣੀ ਆ ਉਹ ਨੋਟ
ਇੱਕ ਵਾਰੀ ਆਪ ਤੇਰੀ ਤਾੜੀ ਜ਼ਰੂਰ ਮਾਰ ਲਿਓ।